Students, hello, good evening to everybody. ਅੱਜ ਆਪਾਂ ਨੂੰ ਆਨਲਾਈਨ ਲੈਕਚਰਸ ਲਗਾਉਣੇ ਪੈ ਰਹੇ ਨੇ ਸੋ ਆਪਾਂ ਕੋਸ਼ਿਸ਼ ਕਰਾਂਗੇ ਕਿ ਜਿੰਨੇ ਦਿਨ ਲੋਕਡਾਊਨ ਹੈਗਾ ਆਪਾਂ ਉਹਨੇ ਦਿਨ ਆਨਲਾਈਨ ਲੈਕਚਰਸ ਲਗਾ ਪਾਈ ਵੱਖਰੇ ਵੱਖਰੇ ਸਬਜੈਕਟਸ 'ਤੇ ਆਪਾਂ ਆਨਲਾਈਨ ਲੈਕਚਰ ਟਰਾਈ ਕਰਾਂਗੇ ਇਹਨਾਂ 'ਚੋਂ ਅੱਜ ਆਪਾਂ ਫਿਜ਼ਿਕਸ ਦਾ ਅੱਜ ਲੈਕਚਰ ਮੈਂ ਤਿਆਰ ਕਰਵਾ ਰਿਹਾ ਤੁਹਾਨੂੰ ਉਹਦੇ 'ਚ ਸਭ ਤੋਂ ਪਹਿਲਾਂ ਫਿਜ਼ਿਕਸ ਦਾ ਆਪਣਾ ਜਿਹੜਾ ਚੈਪਟਰ ਸੀਗਾ ਦੈਟ ਇਜ਼ ਕਾਲਡ ਇਲੈਕਟ੍ਰੋਸਟੈਟਿਕਸ ਕੁਝ ਬੱਚੇ ਜਿਹੜੇ ਸੈਂਟਰ 'ਚ ਜਿਹਨਾਂ ਨੂੰ ਮੈਂ ਪਹਿਲਾਂ ਬੁਲਾਇਆ ਸੀ ਉਹ ਆਏ ਸੀ ਉਹਨਾਂ ਨੂੰ ਇਹਦੇ ਬਾਰੇ ਮੈਂ ਕਾਫੀ ਡਿਟੇਲ ਲੈਕਚਰ ਦਿੱਤਾ ਸੀਗਾ ਪਰ ਕੁਝ ਬੱਚੇ ਆ ਨਹੀਂ ਪਾਏ ਸੋ ਉਹਨਾਂ ਵਾਸਤੇ ਹੁਣ ਆਪਾਂ ਥੋੜ੍ਹਾ ਜਿਹਾ ਬਰੀਫਲੀ ਮੈਂ ਹਰ ਚੀਜ਼ ਜਿਹੜੀ ਵੀ ਆ ਉਹਨੂੰ ਕੋਸ਼ਿਸ਼ ਕਰਾਂਗਾ ਐਕਸਪਲੇਨ ਕਰਨ ਦੀ ਫਿਰ ਜਦੋਂ ਆਪਾਂ ਰੈਗੂਲਰ ਕਲਾਸਿਸ ਸੈਂਟਰ ਦੇ ਉੱਤੇ ਲਗਾਵਾਂਗੇ ਤਾਂ ਉਦੋਂ ਮੈਂ ਉਹਨਾਂ ਨੂੰ ਕਾਫੀ ਡਿਟੇਲ 'ਚ ਇਹ ਚੀਜ਼ਾਂ ਜਿਹੜੀਆਂ ਉਹ ਦੱਸ ਪਾਵਾਂਗਾ ਸੋ ਹੁਣ ਆਪਾਂ ਬਰੀਫਲੀ ਕਿਉਂਕਿ ਤੁਹਾਡੇ ਕੋਲ ਕਾਫੀ ਟਾਈਮ ਹੈ ਘਰ ਰੁਕਣ ਦਾ 10-15 ਦਿਨ ਹੈਗੇ ਅਜੇ ਸੋ ਤੁਸੀਂ ਮੈਂ ਕੁਝ ਤੁਹਾਨੂੰ ਅਸਾਈਨਮੈਂਟਸ ਪਾਊਂਗਾ ਨੋਟਸ ਤੁਹਾਨੂੰ PDF ਫਾਈਲ ਅਟੈਚ ਕਰ ਦੂੰਗਾ ਉਹ ਤੁਸੀਂ ਘਰ ਬੈਠ ਕੇ ਤਿਆਰ ਕਰ ਲੈਣੀ ਹੈ ਔਰ ਉਹਦਾ ਲੈਕਚਰ ਜਿਹੜਾ ਤੁਹਾਨੂੰ ਮੈਂ ਹੁਣ ਦੇ ਰਿਹਾ ਰਿਕਾਰਡ ਕਰਕੇ ਤੁਸੀਂ ਉਹਨੂੰ ਸੁਣ ਲਿਓ ਔਰ ਉਹਨੂੰ ਪ੍ਰੋਪਰਲੀ ਸਮਝ ਕੇ ਅਤੇ ਨੋਟਸ ਦੇ ਵਿੱਚੋਂ ਰੀਡ ਆਊਟ ਕਰ ਲਿਓ ਸੋ ਜਿਹੜੀ ਚੀਜ਼ ਨਹੀਂ ਸਮਝ ਲੱਗੇਗੀ ਫਿਰ ਆਪਾਂ ਉਹਨੂੰ ਉਸ ਤਾਂ ਬਾਅਦ 'ਚ ਡਿਸਕਸ ਕਰ ਲਾਂਗੇ ਸੋ ਲੈਕਚਰ ਆਪਾਂ ਸਟਾਰਟ ਕਰਨ ਲੱਗੇ ਆਪਾਂ ਦੇਖਾਂਗੇ ਕਿ ਜਿਹੜਾ ਪਹਿਲਾ ਚੈਪਟਰ ਹੈ ਜਿਹੜਾ ਫਸਟ ਯੂਨਿਟ ਹੈ ਦੈਟ ਇਜ਼ ਇਲੈਕਟ੍ਰੋਸਟੈਟਿਕਸ ਉਹਦੇ ਵਿੱਚ ਆਪਣੇ ਕਈ ਸਬ ਪਾਰਟਸ ਹੈ ਉਹਨਾਂ 'ਚੋਂ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਪਹਿਲਾ ਪਾਰਟ ਹੈਗਾ ਦੈਟ ਇਜ਼ 1A ਐਂਡ ਦੈਟ ਇਜ਼ ਕੂਲਮਸ ਲਾਅ ਸੋ ਕੂਲਮਸ ਲਾਅ ਜਿਹੜਾ ਹੈ ਬੇਸਿਕਲੀ ਇਹ ਪਹਿਲਾ ਜਿਹੜਾ ਚੈਪਟਰ ਆਪਣਾ ਹੈਗਾ ਇਹ ਇਲੈਕਟ੍ਰੋਸਟੈਟਿਕਸ ਇਹਦਾ ਨਾਮ ਹੀ ਦੱਸ ਰਿਹਾ ਕਿ ਇਹ ਸਟੈਟਿਕ ਚਾਰਜਸ ਦੇ ਉੱਤੇ ਚੈਪਟਰ ਜਿਹੜਾ ਹੈਗਾ ਬੇਸਡ ਹੈਗਾ ਸਟੈਟਿਕ ਚਾਰਜਸ ਦਾ ਮਤਲਬ ਇਹ ਹੁੰਦਾ ਹੈ ਕਿ ਜਦੋਂ ਕੋਈ ਦੋ ਚੀਜ਼ਾਂ ਆਪਾਂ ਰਗੜਦੇ ਹਾਂ ਉਹਨਾਂ ਨੂੰ ਅਸੀਂ ਮੰਨ ਲਓ ਰਬ ਕਰਦੇ ਹਾਂ ਇੱਕ ਦੂਜੇ ਦੇ ਨਾਲ ਤਾਂ ਦੋਨਾਂ ਦੇ ਉੱਪਰ ਚਾਰਜਸ ਚੜ ਜਾਂਦੇ ਆ ਓਪੋਜ਼ਿਟ ਮੰਨ ਲਓ ਇੱਕ ਦੇ ਉੱਪਰ ਜੇਕਰ ਪੋਜ਼ਿਟਿਵ ਚੜਦਾ ਹੈ ਤਾਂ ਦੂਜੇ ਦੇ ਉੱਪਰ ਨੈਗੇਟਿਵ ਚੜ ਜਾਂਦਾ ਹੈ ਤਾਂ ਉਹਨੂੰ ਅਸੀਂ ਕੁਆਂਟਿਟੀ ਦੇ ਮੁਤਾਬਿਕ ਵੀ ਕਹਿੰਦੇ ਹਾਂ ਕਿ ਜਿੰਨਾ ਚਾਰਜ ਪੋਜ਼ਿਟਿਵ ਦਾ ਇੱਕ ਤੇ ਚੜਿਆ ਨੈਗੇਟਿਵ ਉਨਾ ਹੀ ਦੂਸਰੇ ਦੇ ਉੱਤੇ ਚੜ ਜਾਂਦਾ ਹੈ ਪਰ ਇਹ ਚਾਰਜ ਜਦੋਂ ਦੋਨਾਂ ਬਾਡੀਜ਼ ਦੇ ਉੱਪਰ ਚੜਦਾ ਹੈ ਇਹ ਬਾਡੀਜ਼ ਦੇ ਉੱਤੇ ਸਿਰਫ ਚੜਦਾ ਹੀ ਹੈ ਜਿਸ ਜਗ੍ਹਾ ਨੂੰ ਆਪਾਂ ਰਗੜਦੇ ਹਾਂ ਇਹ ਚਾਰਜ ਉਸ ਜਗ੍ਹਾ ਤੇ ਡਿਵੈਲਪ ਹੋ ਜਾਂਦਾ ਹੈ ਦੈਟ ਮੀਨਸ ਇਹ ਸਾਰੀ ਬਾਡੀ ਦੇ ਵਿੱਚ ਚਾਰਜ ਅੱਗੇ ਮੂਵ ਨਹੀਂ ਕਰਦਾ ਮਤਲਬ ਇਹ ਨਹੀਂ ਕਿ ਆਪਾਂ ਇੱਕ ਐਂਡ ਮੰਨ ਲਓ ਜੇਕਰ ਰੋਡ ਦਾ ਰਗੜਦੇ ਹਾਂ ਕਿਸੇ ਚੀਜ਼ ਦੇ ਨਾਲ ਮੰਨ ਲਓ ਕੈਟ ਸਕਿਨ ਦੇ ਨਾਲ ਰਗੜਦੇ ਹਾਂ ਜਾਂ ਸਿਲਕ ਦੇ ਕੱਪੜੇ ਨਾਲ ਰਗੜਦੇ ਹਾਂ ਤਾਂ ਇਹ ਚਾਰਜ ਮੰਨ ਲਓ ਰੋਡ ਤੇ ਜਿਹੜਾ ਅਗਲੀ ਸਾਈਡ ਤੇ ਚੜ ਗਿਆ ਇਹ ਸਾਰੀ ਰੋਡ ਦੇ ਉੱਤੇ ਡਿਸਟ੍ਰੀਬਿਊਟ ਨਹੀਂ ਹੁੰਦਾ ਮੂਵ ਨਹੀਂ ਕਰਦਾ ਸੋ ਇਹ ਚਾਰਜ ਮੂਵ ਨਹੀਂ ਕਰਦੇ ਸੋ ਜਿਸ ਕਰਕੇ ਇਹਨਾਂ ਨੂੰ ਅਸੀਂ ਸਿਰਫ ਕਹਿ ਦਿੰਦੇ ਹਾਂ ਕਿ ਦੀਜ਼ ਆਰ ਸਟੈਟਿਕ ਚਾਰਜਸ ਸੋ ਇਹ ਸਿਰਫ ਡਿਵੈਲਪ ਹੁੰਦੇ ਆ ਇਹ ਮੂਵ ਨਹੀਂ ਕਰਦੇ ਜਦੋਂ ਇਹ ਚਾਰਜਸ ਮੂਵ ਕਰਨ ਲੱਗ ਜਾਣਗੇ ਤਾਂ ਫਿਰ ਅਸੀਂ ਇਸ ਤੋਂ ਨੈਕਸਟ ਯੂਨਿਟ ਜਿਹੜਾ ਆਪਣੇ ਫਿਜ਼ਿਕਸ ਦੇ ਵਿੱਚ ਹੈਗਾ ਦੈਟ ਇਜ਼ ਕਰੰਟ ਇਲੈਕਟ੍ਰਿਸਿਟੀ ਫਿਰ ਉਹਦੇ ਵਿੱਚ ਆਪਾਂ ਇਸ ਬਾਰੇ ਪੜਾਂਗੇ ਜਦੋਂ ਚਾਰਜ ਮੂਵ ਕਰਨਾ ਸ਼ੁਰੂ ਕਰ ਦਿੰਦਾ ਤੇ ਉਹਦੇ ਵਿੱਚ ਫਿਰ ਆਪਾਂ ਉਹਨੂੰ ਬੋਲਦੇ ਮੂਵਿੰਗ ਚਾਰਜ ਉਹਦੇ ਬਾਰੇ ਇੱਕ ਨਵੀਂ ਫਿਜ਼ਿਕਸ ਦੇ ਵਿੱਚ ਆਪਣੇ ਯੂਨਿਟਸ ਹੈਗੇ ਜਿਹੜੀ ਕਿ ਆਪਾਂ ਲੇਟੈਸਟ ਸਟੇਜਸ ਤੇ ਡਿਸਕਸ ਕਰਾਂਗੇ ਸੋ ਸਭ ਤੋਂ ਪਹਿਲਾਂ ਜਿਹੜਾ ਆਪਾਂ ਪੜ੍ਹਨਾ ਹੈਗਾ ਤੁਸੀਂ ਦੇਖ ਰਹੇ ਹਾਂ ਚਾਹ ਤਾਂ ਮੈਂ ਨਾਲ ਦੀ ਨਾਲ ਪੀ ਜਾ ਰਿਹਾ ਸੋ ਤੁਸੀਂ ਵੀ ਆਪਣਾ ਰਿਲੈਕਸ ਹੋ ਕੇ ਕਰ ਆਪਣਾ ਚਾਹ ਪਾਣੀ ਪੀਓ ਔਰ ਲੈਕਚਰ ਸੁਣੀ ਚੱਲੋ ਸੋ ਪਹਿਲਾਂ ਜਿਹੜੀ ਟੌਪਿਕ ਦੇ ਵਿੱਚ ਚੀਜ਼ ਆਉਂਦੀ ਹੈ ਦੈਟ ਇਜ਼ ਕਾਲਡ ਫ੍ਰਿਕਸ਼ਨਲ ਇਲੈਕਟ੍ਰਿਸਿਟੀ ਹੁਣ ਇਹਦਾ ਮਤਲਬ ਕੀ ਲਿਖਿਆ ਦਾ ਇਲੈਕਟ੍ਰਿਸਿਟੀ ਡਿਵੈਲਪਡ ਇਨ ਦਾ ਬਾਡੀਜ਼ ਵੈਨ ਦੇ ਆਰ ਰਬਡ ਵਿਦ ਈਚ ਅਦਰ ਇਜ਼ ਕਾਲਡ ਫ੍ਰਿਕਸ਼ਨਲ ਇਲੈਕਟ੍ਰਿਸਿਟੀ ਮਤਲਬ ਇਹ ਹੈ ਕਿ ਜਦੋਂ ਦੋ ਬਾਡੀਜ਼ ਨੂੰ ਆਪਾਂ ਰਬ ਕਰਦੇ ਹਾਂ ਤਾਂ ਦੋਨਾਂ ਦੇ ਉੱਪਰ ਜਿਹੜਾ ਇਲੈਕਟ੍ਰਿਸਿਟੀ ਡਿਵੈਲਪ ਹੋ ਜਾਂਦੀ ਹੈ ਦੈਟ ਮੀਨਸ ਜਿਹੜੇ ਚਾਰਜਸ ਡਿਵੈਲਪ ਹੋ ਜਾਂਦੇ ਆ ਉਹਨਾਂ ਨੂੰ ਅਸੀਂ ਫ੍ਰਿਕਸ਼ਨਲ ਇਲੈਕਟ੍ਰਿਸਿਟੀ ਬੋਲਦੇ ਹਾਂ ਕਿਉਂਕਿ ਇਹ ਫ੍ਰਿਕਸ਼ਨ ਕਰਕੇ ਡਿਵੈਲਪ ਹੋਈ ਹੈ ਫ੍ਰਿਕਸ਼ਨ ਕੀ ਕਰਦੀ ਹੈ ਬੇਸਿਕਲੀ ਫ੍ਰਿਕਸ਼ਨ ਜਦੋਂ ਆਪਾਂ ਕੋਈ ਚੀਜ਼ ਰਗੜਦੇ ਹਾਂ ਫ੍ਰਿਕਸ਼ਨ ਹੀਟ ਪੈਦਾ ਕਰ ਦਿੰਦੀ ਹੈ ਹੀਟ ਜਿਹੜੀ ਹੈ ਉਹਦੇ ਨਾਲ ਜਿਹੜੇ ਚਾਰਜਸ ਹੁੰਦੇ ਆ ਇੱਕ ਬਾਡੀਜ਼ ਦੇ ਦੂਜੀ ਬਾਡੀਜ਼ ਦੇ ਨਾਲ ਉਹ ਮੂਵ ਕਰਨੇ ਸ਼ੁਰੂ ਕਰਦੇ ਆ ਡਿਵੈਲਪ ਹੋ ਜਾਂਦੇ ਆ ਬੌਂਡ ਤੋੜ ਕੇ ਸਟਰਕਚਰ ਦੇ ਵਿੱਚੋਂ ਉਹ ਇੱਕ ਦੂਸਰੇ ਉੱਪਰ ਚੜ ਜਾਂਦੇ ਆ ਸੋ ਹੀਟ ਜਿਹੜੀ ਹੈ ਇਹ ਬੜਾ ਇੰਪੋਰਟੈਂਟ ਪਲੇਅਰ ਰੋਲ ਪਲੇ ਕਰਦੀ ਹੈ ਸੋ ਇਲੈਕਟ੍ਰਿਸਿਟੀ ਜਿਹੜੀ ਇਹਦਾ ਨਾਮ ਫ੍ਰਿਕਸ਼ਨਲ ਇਸੇ ਕਰਕੇ ਪਿਆ ਕਿਉਂਕਿ ਫ੍ਰਿਕਸ਼ਨ ਦੇ ਕਰਕੇ ਹੀ ਹੋਇਆ ਦੈਟ ਮੀਨ ਦੋ ਬਾਡੀਜ਼ ਨੂੰ ਰਗੜਿਆ ਫ੍ਰਿਕਸ਼ਨ ਕਰਕੇ ਹੀਟ ਪੈਦਾ ਹੋਈ ਜਿੰਨਾ ਕਰਕੇ ਚਾਰਜ ਡਿਵੈਲਪ ਹੋਏ ਕਿਹੜੇ ਕਿਹੜੇ ਚਾਰਜ ਡਿਵੈਲਪ ਹੋਏ ਲਿਖਿਆ ਹੋਇਆ ਕਿ ਇਹਨੂੰ ਇਲੈਕਟ੍ਰਿਸਿਟੀ ਕਿਉਂ ਬੋਲਦੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ ਕਿ ਸਟੈਟਿਕ ਚਾਰਜ ਹੋਣ ਕਰਕੇ ਇਹਨੂੰ ਸਟੈਟਿਕ ਇਲੈਕਟ੍ਰਿਸਿਟੀ ਬੋਲਦੇ ਆ ਬਿਕੋਜ਼ ਅੱਗੇ ਹੀ ਲਾਈਨ ਲਿਖੀ ਹੈ ਦਾ ਚਾਰਜ ਐਕਵਾਇਰਡ ਬਾਏ ਦਾ ਬਾਡੀ ਡਸ ਨਾਟ ਫਲੋ ਫਰੋਮ ਵਨ ਪਾਰਟ ਆਫ ਦਾ ਬਾਡੀ ਟੂ ਦਾ ਅਦਰ ਪਾਰਟ ਇੱਕ ਪਾਰਟ ਤੋਂ ਦੂਸਰੇ ਪਾਰਟ ਤੇ ਇਹ ਚਾਰਜ ਟਰੈਵਲ ਨਹੀਂ ਕਰਦਾ ਜਿਸ ਜਗ੍ਹਾ ਤੇ ਡਿਵੈਲਪ ਹੋ ਗਿਆ ਇਹ ਉੱਥੇ ਹੀ ਸਟੇ ਕਰ ਜਾਂਦਾ ਹੈ ਡੈਟ ਮੀਨ ਉੱਥੇ ਹੀ ਰਹਿ ਜਾਂਦਾ ਸੋ ਇਸ ਕਰਕੇ ਇਹਨੂੰ ਅਸੀਂ ਬੋਲ ਦਿੰਦੇ ਹਾਂ ਕਿ ਇਹ ਫ੍ਰਿਕਸ਼ਨਲ ਇਲੈਕਟ੍ਰਿਸਿਟੀ ਦਾ ਪਾਰਟ ਦੋ ਟਾਈਪ ਦੇ ਚਾਰਜਸ ਮੈਂ ਤੁਹਾਨੂੰ ਦੱਸ ਚੁੱਕਾ ਹਾਂ ਹੁੰਦੇ ਆ ਬੇਸਿਕਲੀ ਆਪਾਂ ਜੂਨੀਅਰ ਕਲਾਸਿਸ 'ਚ ਵੀ ਪੜ੍ਹੇ ਹੋਈ ਹੈ ਪੋਜ਼ਿਟਿਵ ਚਾਰਜ ਤੇ ਨੈਗੇਟਿਵ ਚਾਰਜ ਅੱਗੇ ਫਿਰ ਉਹੀ ਗੱਲ ਆ ਜਾਂਦੀ ਕਿ ਜਦੋਂ ਆਪਾਂ ਰਗੜਦੇ ਹਾਂ ਤਾਂ ਇੱਕ ਬਾਡੀ ਤੇ ਪੋਜ਼ਿਟਿਵ ਤੇ ਦੂਜੀ ਬਾਡੀ ਤੇ ਨੈਗੇਟਿਵ ਚਾਰਜ ਚੜਨਾ ਇਹ ਲਾਜ਼ਮੀ ਹੈ
ਜਿਵੇਂ ਐਗਜ਼ਾਮਪਲ ਆਪਾਂ ਥੱਲੇ ਦਿੱਤੀ ਹੋਈ ਹੈ ਕਿ ਜੇ ਵੈਨ ਏ ਗਲਾਸ ਰੋਡ ਇਜ਼ ਰਬਡ ਵਿਦ ਸਿਲਕ ਦੈਨ ਗਲਾਸ ਰੋਡ ਐਕਵਾਇਰਸ ਪੋਜ਼ਿਟਿਵ ਚਾਰਜ ਐਂਡ ਦ ਸਿਲਕ ਐਕਵਾਇਰਸ ਨੈਗੇਟਿਵ ਚਾਰਜ। ਇੱਕ ਚੀਜ਼ ਦਾ ਧਿਆਨ ਰੱਖਣਾ ਕਿ ਜਦੋਂ ਆਪਾਂ ਚੀਜ਼ਾਂ ਤੋਂ ਰਗੜਦੇ ਹਾਂ ਤੇ ਉਹਨਾਂ ਦੇ ਵਿੱਚੋਂ ਚਾਰਜਸ ਜਦੋਂ ਡਿਵੈਲਪ ਹੁੰਦੇ ਆ, ਡਿਵੈਲਪ ਬੇਸਿਕਲੀ ਹੁੰਦਾ ਕੀ ਹੈ, ਬੇਸਿਕਲੀ ਇਹ ਹੁੰਦਾ ਹੈ ਕਿ ਜਦੋਂ ਆਪਾਂ ਚੀਜ਼ਾਂ ਰਗੜਦੇ ਹਾਂ ਤੇ ਇੱਕ ਚੀਜ਼ ਜਿਹੜੀ ਦੇ ਵਿੱਚ ਇਲੈਕਟ੍ਰੋਨਸ ਫ੍ਰੀ ਇਲੈਕਟ੍ਰੋਨਸ ਬਹੁਤ ਜ਼ਿਆਦਾ ਹੁੰਦੇ ਆ, ਉਹਦੇ ਚੋਂ ਇਲੈਕਟ੍ਰੋਨ ਫਲੋ ਕਰਕੇ ਦੂਸਰੀ ਬਾਡੀ 'ਚ ਚੜ ਜਾਂਦੇ ਜਾ ਕੇ। ਸੋ ਦੈਟ ਮੀਨਸ ਇੱਕ ਬਾਡੀ ਜਿਹੜੀ ਹੈ ਉਹ ਇਲੈਕਟ੍ਰੋਨ ਲੂਜ਼ ਕਰਦੀ ਹੈ ਔਰ ਜਿਹੜੀ ਦੂਸਰੀ ਬਾਡੀ ਹੈ ਉਹ ਇਲੈਕਟ੍ਰੋਨ ਗੇਨ ਕਰ ਲੈਂਦੀ ਹੈ। ਜਿਹੜੀ ਬਾਡੀ ਇਲੈਕਟ੍ਰੋਨ ਲੂਜ਼ ਕਰ ਦਿੰਦੀ ਹੈ ਦੈਟ ਮੀਨਸ ਉਹਦੇ ਕੋਲ ਨੈਗੇਟਿਵ ਚਾਰਜ ਘਟ ਗਿਆ, ਅਸੀਂ ਬੋਲਦੇ ਕਿ ਉਹ ਬਾਡੀ ਪੋਜ਼ਿਟਿਵਲੀ ਚਾਰਜ ਹੋ ਗਈ। ਸੋ ਅਸੀਂ ਬੋਲਦੇ ਉਸ ਤੇ ਪੋਜ਼ਿਟਿਵ ਚਾਰਜ ਚੜ ਗਿਆ, ਕਿਉਂਕਿ ਜਦੋਂ ਮੰਨ ਲਓ ਮੇਰੇ ਆ ਜਿਵੇਂ ਦੋ ਫਿੰਗਰਸ ਮੈਂ ਰੱਖੀਆਂ ਹੋਈਆਂ, ਇੱਕ ਫਿੰਗਰ ਮੰਨ ਲਓ ਇਧਰੋਂ ਚਾਰਜ ਇੱਕ ਦੂਸਰੀ ਫਿੰਗਰ ਤੇ ਚਲਾ ਗਿਆ ਤੇ ਇਹ ਮੰਨ ਲਓ ਅਗਲੇ ਟਿਪ ਤੋਂ ਇਲੈਕਟ੍ਰੋਨਸ ਇੱਧਰ ਗਏ ਆ ਕਿਉਂਕਿ ਇਹਨੂੰ ਮੈਂ ਇਹਦੇ ਨਾਲ ਟੱਚ ਕੀਤਾ ਹੈ, ਤੇ ਇੱਥੇ ਜਦੋਂ ਇਲੈਕਟ੍ਰੋਨ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦੇ ਉਸ ਜਗ੍ਹਾ ਤੇ ਇੱਕ ਕੈਵਿਟੀ ਕ੍ਰੀਏਟ ਹੋ ਜਾਂਦੀ ਹੈ ਜਿਹਨੂੰ ਅਸੀਂ ਬੋਲਦੇ ਹੋਲਸ, ਇਹ ਹੋਲਸ ਨੂੰ ਹੀ ਪੋਜ਼ਿਟਿਵ ਚਾਰਜ ਬੋਲਿਆ ਜਾਂਦਾ ਹੈ। ਸੋ ਇਸ ਕਰਕੇ ਜਿੰਨੇ ਇਲੈਕਟ੍ਰੋਨ ਜਾਣਗੇ ਟ੍ਰਾਂਸਫਰ ਹੋਣਗੇ ਉਨਾ ਹੀ ਉੱਥੇ ਹੋਲਸ ਕ੍ਰੀਏਟ ਹੋ ਜਾਣਗੇ ਉਸ ਜਗ੍ਹਾ ਤੇ, ਦੈਟ ਇਜ਼ ਉਸ ਜਗ੍ਹਾ ਤੇ ਉਨਾ ਹੀ ਪੋਜ਼ਿਟਿਵ ਚਾਰਜ ਡਿਵੈਲਪ ਹੋ ਜਾਏਗਾ। ਇਹੀ ਆਪਾਂ ਉਹਨੂੰ ਸਿੰਪਲ ਵਿੱਚ ਸਮਝੀਏ ਤਾਂ ਐਵੇਂ ਗੱਲ ਬਣਦੀ ਹੈ ਕਿ ਚਾਰਜ ਨੈਗੇਟਿਵ ਗਿਆ ਤੇ ਇੱਥੇ ਦੈਟ ਮੀਨ ਇਸ ਬਾਡੀ ਤੇ ਕੀ ਹੋ ਗਿਆ, ਹੁਣ ਪੋਜ਼ਿਟਿਵ ਚਾਰਜ ਡਿਵੈਲਪ ਹੋ ਗਿਆ। ਸੋ ਜਿਸ 'ਚ ਇਲੈਕਟ੍ਰੋਨ ਗਏ ਹੈ ਨੈਚੁਰਲੀ ਇਲੈਕਟ੍ਰੋਨ ਜਿਹੜੇ ਉੱਧਰ ਗਏ ਹੈ ਉਹ ਇਲੈਕਟ੍ਰੋਨ ਉੱਧਰ ਉਸ ਬਾਡੀ ਦੇ ਉੱਤੇ ਨੈਗੇਟਿਵਲੀ ਚਾਰਜ ਜ਼ਿਆਦਾ ਹੋ ਗਿਆ, ਜਿਸ ਕਰਕੇ ਕਿ ਉਸ ਬਾਡੀ ਨੂੰ ਅਸੀਂ ਬੋਲਦੇ ਇਸ ਤੇ ਨੈਗੇਟਿਵ ਚਾਰਜ ਡਿਵੈਲਪ ਹੋ ਗਿਆ। ਸੋ ਬੇਸਿਕਲੀ ਹੋਇਆ ਕਿ ਹੁਣ ਜਿਹੜੀ ਆਪਾਂ ਐਗਜ਼ਾਮਪਲ ਦਿੱਤੀ ਹੈ, ਆਪਾਂ ਇੱਕ ਗਲਾਸ ਰੋਡ ਪਕੜੀ ਸੀਗੀ, ਉਹਨੂੰ ਆਪਾਂ ਕਿਹਦੇ ਨਾਲ ਰਗੜਿਆ ਸੀਗਾ, ਸਿਲਕ ਦੇ ਕੱਪੜੇ ਨਾਲ, ਗਲਾਸ ਨੂੰ ਸਿਲਕ ਨਾਲ ਰਗੜਿਆ ਸੀਗਾ, ਪਰ ਅੱਗੇ ਕੀ ਲਿਖਿਆ, ਗਲਾਸ ਰੋਡ ਐਕਵਾਇਰਸ ਪੋਜ਼ਿਟਿਵ ਚਾਰਜ, ਗਲਾਸ ਰੋਡ ਤੇ ਪੋਜ਼ਿਟਿਵ ਚਾਰਜ ਚੜਿਆ, ਇਹਦਾ ਮਤਲਬ ਕੀ ਹੋ ਗਿਆ ਕਿ ਗਲਾਸ ਚਾਰਜ ਨੇ ਕੀ ਕੀਤਾ, ਇਲੈਕਟ੍ਰੋਨਸ ਨੂੰ ਲੂਜ਼ ਕਰਤਾ। ਸੋ ਗਲਾਸ ਤੋਂ ਰੋਡ ਤੋਂ ਨੈਗੇਟਿਵ ਚਾਰਜ ਇਲੈਕਟ੍ਰੋਨਸ ਮੂਵ ਕਰਕੇ ਸਿਲਕ ਦੇ ਕੱਪੜੇ ਉੱਤੇ ਚਲੇ ਗਏ, ਤੋਂ ਸਿਲਕ ਜਿਹੜੀ ਹੈ ਇਹ ਨੈਗੇਟਿਵ ਚਾਰਜ ਹੋ ਗਈ ਔਰ ਜਿਹੜਾ ਗਲਾਸ ਰੋਡ ਹੈ ਉਹ ਖੁਦ ਆਪ ਪੋਜ਼ਿਟਿਵ ਚਾਰਜ ਉਹਨੂੰ ਬੋਲਿਆ ਜਾਂਦਾ ਹੈ ਕਿ ਉਸਤੇ ਪੋਜ਼ਿਟਿਵ ਚਾਰਜ ਐਕਵਾਇਰ ਹੋ ਗਿਆ। ਬੇਸਿਕਲੀ ਇਲੈਕਟ੍ਰੋਨ ਇੱਕ ਬਾਡੀ ਤੋਂ ਦੂਸਰੀ ਬਾਡੀ 'ਚ ਟ੍ਰਾਂਸਫਰ ਹੋ ਰਹੇ ਹਨ। ਹੁਣ ਤੁਸੀਂ ਥੱਲੇ ਦੇਖੋਗੇ ਕਿ ਥੱਲੇ ਟੇਬਲ ਇੱਕ ਬਣਾਇਆ ਹੋਇਆ, ਉਸ ਟੇਬਲ ਦੇ ਵਿੱਚ ਆਪਾਂ ਧਿਆਨ ਨਾਲ ਦੇਖੀਏ ਤਾਂ ਗਲਾਸ ਰੋਡ, ਸਿਲਕ ਰੋਡ, ਫਰ, ਐਬੋਨਾਈਟ, ਇਧਰਲੇ ਪਾਸੇ ਕਾਲਮ 1 ਲਿਖਿਆ ਹੈ ਪੋਜ਼ਿਟਿਵ ਦੇ ਥੱਲੇ ਔਰ ਇਧਰ ਨੈਗੇਟਿਵ ਦੇ ਥੱਲੇ ਇਹ ਵਾਲਾ ਨੈਗੇਟਿਵ ਕਾਲਮ ਸਾਰਾ ਜਿਹੜਾ ਇਹ ਆਪਾਂ ਲਿਖਿਆ ਹੋਇਆ। ਪਰ ਇਹ ਧਿਆਨ ਰੱਖਣਾ ਹੈ ਕਿ ਜਦੋਂ ਵੀ ਕੁਐਸਚਨ ਤੁਹਾਨੂੰ ਪੇਪਰ 'ਚ ਆ ਸਕਦਾ ਉਹ ਕਿਸੇ ਤਰੀਕੇ ਨਾਲ ਵੀ ਕਹਿ ਸਕਦੇ ਹੋ, ਉਹ 'ਚ ਜਿਵੇਂ ਬਹੁਤ ਸਿੰਪਲ ਐਗਜ਼ਾਮਪਲ ਹੁੰਦੀ ਇੱਕ ਡਰਾਈ ਹੇਅਰ ਅਤੇ ਕੌਮ ਦੀ, ਉਹ ਅਸੀਂ ਜ਼ਿਆਦਾ ਨੋਟ ਕਰਕੇ ਰੱਖਦੇ ਹਾਂ ਡਰਾਈ ਹੇਅਰ ਅਤੇ ਕੌਮ ਦੀ, ਸਾਨੂੰ ਉਹ ਲੱਗਦਾ ਹੁੰਦਾ ਕਿ ਇਹ ਕਾਫੀ ਵਾਰੀ ਪੇਪਰ 'ਚ ਆਈ ਹੋਈ ਹੈ ਕਿ ਜਦੋਂ ਡਰਾਈ ਹੇਅਰ ਨੂੰ ਕੌਮ ਨੂੰ ਡਰਾਈ ਹੇਅਰ ਨਾਲ ਰਗੜਿਆ ਜਾਂਦਾ ਤਾਂ ਦੋਨਾਂ ਦੇ ਉੱਤੇ ਇੱਕ ਸਟੈਟਿਕ ਚਾਰਜ ਚੜ ਜਾਂਦਾ ਅਤੇ ਕੌਮ ਦੇ ਉੱਤੇ ਜਿਹੜਾ ਨੈਗੇਟਿਵ ਚਾਰਜ ਚੜ ਜਾਂਦਾ ਔਰ ਇਹ ਨੈਗੇਟਿਵ ਚਾਰਜ ਦੇ ਅੰਡਰ ਲਿਖੀ ਹੋਈ ਹੈ ਔਰ ਜਿਹੜਾ ਗਲਾਸ ਜਿਹੜੇ ਇਧਰਲੇ ਪਾਸੇ ਡਰਾਈ ਹੇਅਰ ਹੈ ਉਹਦੇ ਤੇ ਪੋਜ਼ਿਟਿਵ ਚਾਰਜ ਚੜਿਆ ਹੋਇਆ ਹੈ। ਇਹਦਾ ਮਤਲਬ ਕੀ ਹੋ ਗਿਆ ਕਿ ਕੌਮ ਨੈਗੇਟਿਵ ਦਾ ਮਤਲਬ ਹੋ ਗਿਆ ਇਸਨੇ ਇਲੈਕਟ੍ਰੋਨ ਗੇਨ ਕਰ ਲਏ। ਸੋ ਸਾਡੇ ਜਿਹੜੇ ਆਪਾਂ ਡਰਾਈ ਹੇਅਰ ਹੁੰਦੇ ਆ ਇਹਨਾਂ 'ਚ ਇਲੈਕਟ੍ਰੋਨ ਬਹੁਤ ਜ਼ਿਆਦਾ ਹੁੰਦੇ ਆ, ਇੱਥੋਂ ਇਲੈਕਟ੍ਰੋਨ ਜੰਪ ਕਰਕੇ ਉਹ ਕਿੱਥੇ ਚਲ ਜਾਂਦੇ ਆ, ਕੌਮ ਦੇ ਵਿੱਚ ਚਲੇ ਜਾਂਦੇ ਆ। ਸੋ ਕੌਮ ਨੈਗੇਟਿਵਲੀ ਚਾਰਜ ਹੋ ਗਈ ਔਰ ਡਰਾਈ ਹੇਅਰ ਦੇ ਉੱਤੇ ਪੋਜ਼ਿਟਿਵ ਚਾਰਜ ਡਿਵੈਲਪ ਹੋ ਗਿਆ, ਆਪਾਂ ਇਹ ਬੋਲਦੇ ਹਾਂ। ਬੇਸਿਕਲੀ ਇਲੈਕਟ੍ਰੋਨ ਡਰਾਈ ਹੇਅਰ ਤੋਂ ਮੂਵ ਕਰਕੇ ਕੌਮ ਦੇ ਉਸ ਪਾਰਟ ਦੇ ਉੱਤੇ ਚਲੇ ਗਏ ਨੇ ਜਿਹੜਾ ਪਾਰਟ ਉਹਦੇ ਨਾਲ ਰਬ ਕੀਤਾ ਗਿਆ ਸੀਗਾ। ਓਕੇ, ਸੋ ਦ ਬਾਡੀ ਇਜ਼ ਹੈਵਿੰਗ ਸੇਮ ਕਾਇੰਡ ਆਫ ਚਾਰਜ ਰੀਪੈਲ ਈਚ ਅਦਰ ਐਂਡ ਦ ਬਾਡੀ ਇਜ਼ ਹੈਵਿੰਗ ਓਪੋਜ਼ਿਟ ਕਾਇੰਡ ਆਫ ਚਾਰਜ ਅਟਰੈਕਟ ਈਚ ਅਦਰ। ਇਹ ਇੱਕ ਚਾਰਜਿਸ ਦੀ ਪ੍ਰੋਪਰਟੀ ਹੁੰਦੀ ਹੈ, ਇਹ ਆਪਾਂ ਨੂੰ ਜੂਨੀਅਰ ਕਲਾਸਿਸ 'ਚ ਵੀ ਆਪਾਂ ਪੜ੍ਹੀ ਹੋਈ ਹੈ, ਸੇਮ ਚਾਰਜ ਇੱਕ ਦੂਜੇ ਨੂੰ ਰਿਪੈਲ ਕਰਦੇ ਆ, ਮਤਲਬ ਪੋਜ਼ਿਟਿਵ ਪੋਜ਼ਿਟਿਵ ਨੂੰ ਰਿਪੈਲ ਕਰੇਗਾ, ਨੈਗੇਟਿਵ ਨੈਗੇਟਿਵ ਨੂੰ ਰਿਪੈਲ ਕਰੇਗਾ, ਪਰ ਜੇਕਰ ਓਪੋਜ਼ਿਟ ਚਾਰਜ ਲੈ ਲਏ ਜਾਣ, ਮੰਨ ਲਓ ਪੋਜ਼ਿਟਿਵ ਦੇ ਸਾਹਮਣੇ ਨੈਗੇਟਿਵ ਚਾਰਜ ਰੱਖ ਲਿਆ ਜਾਏ ਤੇ ਉਹ ਇੱਕ ਦੂਜੇ ਨੂੰ ਅਟਰੈਕਟ ਕਰਨਗੇ। ਹੁਣ ਇਹ ਸਟੈਟਿਕ ਚਾਰਜ ਦੀ ਇੱਕ ਬੜੀ ਸਿੰਪਲ ਗੱਲ ਇਹ ਵੀ ਹੈਗੀ, ਜਦੋਂ ਆਪਾਂ ਚੀਜ਼ਾਂ ਰਗੜਦੇ ਹਾਂ ਤੇ ਚਾਰਜ ਇੱਕ ਦੇ ਡਿਵੈਲਪ ਹੋ ਗਿਆ, ਸੋ ਇਹ ਚਾਰਜ ਦੁਬਾਰਾ ਫਿਰ ਮੂਵ ਕਰਕੇ ਦੂਸਰੀ ਬਾਡੀ ਦੇ ਉੱਤੇ ਨਹੀਂ ਜਾ ਪਾਉਂਦਾ। ਸੋ ਇਸ ਕਰਕੇ ਦੈਟ ਮੀਨਸ ਕਿ ਇਹ ਮੂਵ ਹੀ ਨਹੀਂ ਕਰਦਾ, ਇੱਕ ਵਾਰੀ ਡਿਵੈਲਪ ਹੋ ਗਿਆ ਇਹ ਉੱਥੇ ਸਟੇ ਕਰ ਜਾਂਦਾ ਹੈ। ਸੋ ਇਸ ਕਰਕੇ ਇਹਨੂੰ ਆਪਾਂ ਇਲੈਕਟ੍ਰੋ ਸਟੈਟਿਕ ਚਾਰਜ ਬੋਲ ਦਿੰਦੇ ਹਾਂ। ਅੱਗੇ ਵਰਡ ਇੱਕ ਆਉਂਦਾ ਹੈ, ਇਹ ਪੇਪਰ ਦੇ ਵਿੱਚ ਬਹੁਤ ਇੰਪੋਰਟੈਂਟ ਕੁਐਸਚਨ ਹੈ, ਇਹ ਚਾਰਜਸ ਦੀ ਪ੍ਰੋਪਰਟੀਜ਼ ਬਾਰੇ ਹੈਗੀ ਹੈ ਗੱਲ, ਕਿ ਚਾਰਜਸ ਦੀਆਂ ਕਈ ਪ੍ਰੋਪਰਟੀਜ਼ ਹੁੰਦੀਆਂ, ਉਹਨਾਂ 'ਚ ਪਹਿਲੀ ਪ੍ਰੋਪਰਟੀ, ਵਨ ਆਫ ਦ ਪ੍ਰੋਪਰਟੀਜ਼ ਜਿਹੜੀ ਹੈਗੀ, ਦੈਟ ਇਜ਼ ਕੁਆਂਟਾਈਜ਼ੇਸ਼ਨ ਆਫ ਚਾਰਜ। ਇਹਦਾ ਮਤਲਬ ਪੰਜਾਬੀ 'ਚ ਕੀ ਹੁੰਦਾ, ਇਹਦਾ ਮਤਲਬ ਕੀ ਲਿਖਿਆ, ਚਾਰਜ ਔਨ ਏ ਬਾਡੀ ਇਜ਼ ਆਲਵੇਜ਼ ਇਕੁਅਲ ਟੂ ਇੰਟੀਗਰਲ ਮਲਟੀਪਲ ਆਫ ਏ ਸਮਾਲੈਸਟ ਯੂਨਿਟ ਆਫ ਚਾਰਜ। ਸਮਾਲੈਸਟ ਯੂਨਿਟ ਆਫ ਚਾਰਜ ਜਿਹੜਾ ਉਹ ਲਿਖਿਆ ਥੱਲੇ ਇਲੈਕਟ੍ਰੋਨ ਜਾਂ ਪ੍ਰੋਟੋਨ ਬੋਲਦੇ, ਕਿਉਂਕਿ ਕੋਈ ਵੀ ਬਾਡੀ ਹੈ ਉਹ 'ਚ ਆਪਾਂ ਸਭ ਤੋਂ ਸਬ ਐਟੋਮਿਕ ਪਾਰਟਸ ਜਦੋਂ ਆਪਾਂ ਚਲੇ ਜਾਂਦੇ ਹਾਂ ਤੇ ਇਲੈਕਟ੍ਰੋਨ ਤੇ ਪ੍ਰੋਟੋਨ ਤੇ ਆ ਕੇ ਜਾਂ ਨਿਊਟ੍ਰੋਨ ਤੇ ਆ ਕੇ ਆਪਾਂ ਰੁਕ ਜਾਂਦੇ ਹਾਂ, ਨਿਊਟ੍ਰੋਨ ਤੇ ਕੋਈ ਚਾਰਜ ਹੁੰਦਾ ਨਹੀਂ, ਇਲੈਕਟ੍ਰੋਨ ਤੇ ਨੈਗੇਟਿਵ ਚਾਰਜ ਹੁੰਦਾ ਤੇ ਪ੍ਰੋਟੋਨ ਤੇ ਪਲੱਸ ਚਾਰਜ ਹੁੰਦਾ।
ਇਹ ਆਪਾਂ ਸਮਾਲੈਸਟ ਜਦੋਂ ਆਪਾਂ ਇੱਕ ਚੀਜ਼ ਦੇ ਵਿੱਚ ਜਾਂਦੇ ਹਾਂ ਆਪਾਂ ਕਹਿੰਦੇ ਕਿ ਇੱਕ ਬਾਡੀ ਦੇ ਵਿੱਚ ਸਮਾਲੈਸਟ ਜਿਹੜੀ ਚੀਜ਼ ਹੈ ਕਿ ਦੈਟ ਇਜ਼ ਇਲੈਕਟ੍ਰੋਨ ਐਂਡ ਪ੍ਰੋਟੋਨ। ਹੁਣ ਇਸ ਇੱਕ ਬਾਡੀ ਦੇ ਵਿੱਚ ਕਿੰਨੇ ਕੁ ਇਲੈਕਟ੍ਰੋਨ ਹੋ ਸਕਦੇ ਹੈ? ਇੱਕ ਹੋ ਸਕਦੇ ਹੈ, ਦੋ ਹੋ ਸਕਦੇ ਹੈ, ਤਿੰਨ ਹੋ ਸਕਦੇ ਹੈ, ਚਾਰ ਹੋ ਸਕਦੇ ਹੈ, 10 ਹੋ ਸਕਦੇ ਹੈ, 100,000 ਮਿਲੀਅਨ ਜਿੰਨੇ ਮਰਜ਼ੀ ਹੋ ਸਕਦੇ ਹੈ। ਪ੍ਰੋਟੋਨ ਵੀ ਇਸ ਤਰ੍ਹਾਂ ਹੀ ਗਿਣਤੀ, ਉਹਨਾਂ ਦੀ ਅਲੱਗ ਅਲੱਗ ਹੋ ਸਕਦੀ। ਸੋ ਹਰ ਇਲੈਕਟ੍ਰੋਨ ਔਰ ਹਰ ਪ੍ਰੋਟੋਨ ਦੇ ਉੱਤੇ ਇੱਕ ਚਾਰਜ ਦੀ ਵੈਲਿਊ ਹੈ, ਉਹ ਇਹਦੇ ਉੱਤੇ ਲਿਖੀ ਹੋਈ ਹੈ, ਤੁਸੀਂ ਆਲਰੇਡੀ ਯੂਨੀਅਰ ਕਲਾਸ ਵਿੱਚ ਪੜ੍ਹੀ ਹੈ, 1.6 ਇੰਟੂ 10 ਦੀ ਪਾਵਰ ਮਾਈਨਸ 19 ਕੂਲੰਬ। ਇਹ ਪ੍ਰੋਟੋਨ ਤੇ ਵੀ ਇੰਨੀ ਚਾਰਜ ਹੁੰਦਾ ਹੈ ਔਰ ਇਲੈਕਟ੍ਰੋਨ ਤੇ ਵੀ ਸੇਮ ਚਾਰਜ ਹੁੰਦਾ, ਬਸ ਇਲੈਕਟ੍ਰੋਨ ਦੇ ਉੱਪਰ ਇਹਨੂੰ ਆਪਾਂ ਨੈਗੇਟਿਵ ਚਾਰਜ ਬੋਲਦੇ ਹਾਂ, ਪ੍ਰੋਟੋਨ ਦੇ ਵਿੱਚ ਆਪਾਂ ਇਹਨੂੰ ਪੋਜ਼ਿਟਿਵ ਚਾਰਜ ਬੋਲਦੇ। ਸਿਰਫ ਇੰਨਾ ਹੀ ਫਰਕ ਹੈ, ਵੈਲਿਊ ਜਿਹੜੀ ਹੈ ਨਮੈਰੀਕਲ ਉਹ ਸੇਮ ਹੈਗੀ ਹੈ। ਸੋ ਇੱਕ ਬਾਡੀ ਦੇ ਉੱਤੇ ਜੇਕਰ ਕਿਸੇ ਬਾਡੀ 'ਤੇ ਇੱਕ ਇਲੈਕਟ੍ਰੋਨ ਹੈ ਤੇ ਉਸ ਤੇ ਦੈਟ ਮੀਨਸ ਬਾਡੀ ਦੇ ਉੱਤੇ 1.6 ਇੰਟੂ 10 ਦੀ ਪਾਵਰ ਮਾਈਨਸ 19 ਨੈਗੇਟਿਵ ਚਾਰਜ ਹੈ ਜੇਕਰ ਬਾਡੀ ਦੇ ਵਿੱਚ ਇੱਕ ਇਲੈਕਟ੍ਰੋਨ ਹੈ। ਤੇ ਜੇ ਤੁਸੀਂ ਕਹੋਗੇ ਬਾਡੀ ਦੇ ਉੱਤੇ 5 ਇਲੈਕਟ੍ਰੋਨਸ ਹੈ ਤਾਂ ਤੁਸੀਂ ਇਸ ਜਿਹੜੀ ਵੈਲਿਊ ਹੈ ਇਹਨੂੰ 5 ਨਾਲ ਤੁਹਾਨੂੰ ਮਲਟੀਪਲਾਈ ਕਰਨਾ ਪਏਗਾ। ਜੇ 5 ਨਾਲ ਮਲਟੀਪਲਾਈ ਕਰ ਦਾਂਗੇ ਤਾਂ ਇਹ ਜਿਹੜਾ ਚਾਰਜ ਹੈ 8 ਇੰਟੂ 10 ਦੀ ਪਾਵਰ ਮਾਈਨਸ 19 ਮਤਲਬ ਬਣ ਜੂ 5 ਟਾਈਮਸ ਹੋ ਜਾਏਗਾ। ਸੋ ਬਾਡੀ ਦੇ ਵਿੱਚ ਜੇ 10 ਇਲੈਕਟ੍ਰੋਨਸ ਹੋਣਗੇ ਆਪਾਂ 10 ਨਾਲ ਮਲਟੀਪਲਾਈ ਕਰ ਦਾਂਗੇ, 100 ਹੋਣਗੇ ਆਪਾਂ 100 ਨਾਲ ਮਲਟੀਪਲਾਈ ਕਰ ਦਾਂਗੇ। ਦੈਟ ਮੀਨਸ ਜੇਕਰ ਆਪਾਂ ਜਿਉਂ ਜਿਉਂ ਆਪਾਂ ਮਲਟੀਪਲਾਈ ਕਰੀ ਜਾਵਾਂਗੇ ਆਪਾਂ ਕਿਸ ਨੰਬਰ ਨਾਲ ਮਲਟੀਪਲਾਈ ਕਰਨਾ ਹੈ ਉਹ ਨੰਬਰ ਜਿਹੜਾ ਹੁੰਦਾ ਹੈ, ਕਿਉਂਕਿ ਇਲੈਕਟ੍ਰੋਨ ਕਿੰਨੇ ਕਿਸੇ ਬਾਡੀ 'ਚ ਜਾ ਸਕਦੇ ਹੈ। ਕਿਸੇ ਬਾਡੀ ਵਿੱਚੋਂ ਇਲੈਕਟ੍ਰੋਨ ਪੂਰੇ ਜਾਣਗੇ, ਇੱਕ ਪੂਰਾ ਜਾਏਗਾ, ਉਹਨੂੰ ਕੱਟ ਕੇ ਨਹੀਂ ਭੇਜ ਸਕਦੇ, ਉਹਨੂੰ ਹਾਫ ਨਹੀਂ ਭੇਜ ਸਕਦੇ ਕਿ ਅੱਧਾ ਇਲੈਕਟ੍ਰੋਨ ਕੱਟ ਦੀ, ਉਹਨੂੰ ਨਾਈਫ ਲਿਆ ਉਹਨੂੰ ਇਲੈਕਟ੍ਰੋਨ ਕੱਟਤਾ ਔਰ ਇੱਧਰ ਭੇਜਤਾ, ਦੈਟ ਇਜ਼ ਨਾਟ ਪੋਸੀਬਲ। ਸੋ ਇਲੈਕਟ੍ਰੋਨ ਨੂੰ ਅਸੀਂ ਅੱਗੇ ਤੋੜ ਨਹੀਂ ਸਕਦੇ। ਸੋ ਅਸੀਂ ਇਲੈਕਟ੍ਰੋਨ ਜਦੋਂ ਸ਼ਿਫਟ ਕਰੇਗਾ ਤਾਂ ਉਹ ਪੂਰੇ ਦਾ ਪੂਰਾ ਹੀ ਕਰੂਗਾ। ਸੋ ਜੇਕਰ ਕਿਸੇ ਇੱਕ ਬਾਡੀ ਤੋਂ ਦੂਜੀ ਬਾਡੀ 'ਚ ਇਲੈਕਟ੍ਰੋਨ ਜਾਏਗਾ ਤਾਂ ਜਾਂ ਤਾਂ ਇੱਕ ਜਾਊਗਾ ਜਾਂ ਦੋ ਜਾਏਗਾ ਜਾਂ ਤਿੰਨ ਜਾਏਗਾ। ਇਹ ਨਹੀਂ ਹੋ ਸਕਦਾ ਕਿ 1.3 ਚਲ ਜਾਏਗਾ ਜਾਂ 1.2 ਚਲ ਜਾਏਗਾ, ਦੈਟ ਇਜ਼ ਨਾਟ ਪੋਸੀਬਲ। ਜਿਹੜਾ ਨੰਬਰ ਹੈ ਉਹਦਾ ਇਲੈਕਟ੍ਰੋਨ ਦਾ ਗਿਣਤੀ ਹੈ ਜਿਹੜੀ ਉਹ ਕੀ ਹੋਏਗੀ, ਇੰਟੀਜਰਸ 'ਚ ਜਾਂਦੀ ਹੈ। ਇੰਟੀਜਰਸ ਦਾ ਮਤਲਬ ਥੱਲੇ ਇੱਥੇ ਐਕਸਪਲੇਨ ਵੀ ਕੀਤਾ ਹੋਇਆ, ਇੰਟੀਜਰਸ ਦਾ ਮਤਲਬ 1, 2, 3, 4, 5 ਦੇ ਹਿਸਾਬ ਨਾਲ ਜਾਏਗਾ। ਪਲੱਸ ਮਾਈਨਸ ਦਾ ਮਤਲਬ ਉਹੀ ਪ੍ਰੋਟੋਨ ਔਰ ਇਲੈਕਟ੍ਰੋਨ ਦੇ ਉੱਤੇ ਬੇਸਡ ਹੈ, ਨੈਗੇਟਿਵ ਹੈ ਤੇ ਇਲੈਕਟ੍ਰੋਨ ਦੀ ਆਪਾਂ ਗੱਲ ਕਰਾਂਗੇ, ਪੋਜ਼ਿਟਿਵ ਤੇ ਆਪਾਂ ਪ੍ਰੋਟੋਨ ਦੀ ਗੱਲ ਕਰਾਂਗੇ। ਪਰ ਨੰਬਰ ਦੀ ਜੇ ਆਪਾਂ ਗੱਲ ਕਰੀਏ ਤੇ ਨੰਬਰ ਜਿਹੜੇ ਹੈ ਉਹ ਨੈਚੁਰਲ ਨੰਬਰ ਜਿਹੜੇ ਹੁੰਦੇ 1, 2, 3, 4, 5, 6, 7 ਇੰਟੀਜਰਸ ਜਿਹੜੇ ਹੁੰਦੇ ਆ ਉਹਨਾਂ ਦੇ ਨਾਲ ਸ਼ਿਫਟ ਹੋਏਗੀ। ਸੋ ਦੈਟ ਮੀਨਸ ਜੇਕਰ ਇੱਕ ਇਲੈਕਟ੍ਰੋਨ ਕਿਸੇ ਬਾਡੀ 'ਚ ਹੈਗਾ ਤਾਂ ਉਸ 'ਚ ਇੰਨਾ ਚਾਰਜ ਹੈ, ਦੋ ਆ ਤੈਨੂੰ ਆਪਾਂ ਦੋ ਨਾਲ ਮਲਟੀਪਲਾਈ ਕਰ ਲਾਂਗੇ 3.2 ਇੰਟੂ 10 ਦੀ ਪਾਵਰ ਮਾਈਨਸ 19 ਹੋ ਜਾਏਗਾ, 3 ਨਾਲ ਮਲਟੀਪਲਾਈ ਕਰਾਂਗੇ 3.9 ਇੰਟੂ 10 ਦੀ ਪਾਵਰ ਮਾਈਨਸ 19 ਕੂਲੰਬ ਹੋ ਜਾਏਗਾ। ਸੋ ਡਿਫਰੈਂਟ ਡਿਫਰੈਂਟ ਇਹਨਾਂ ਦੀਆਂ ਚਾਰਜਸ ਦੀ ਵੈਲਿਊਜ਼ ਆ ਜਾਏਗੀ। ਸੋ ਜਿਹੜਾ ਹੁਣ ਬੇਸਿਕਲੀ ਕੁਆਂਟਾਈਜੇਸ਼ਨ ਚਾਰਜ ਦਾ ਮਤਲਬ ਵੀ ਇਹੀ ਹੈ ਕਿ ਬਾਡੀ ਦੇ ਵਿੱਚ ਜਿਹੜਾ ਟੋਟਲ ਚਾਰਜ ਹੁੰਦਾ ਹੈ ਉਹ ਕੀ ਹੁੰਦਾ ਹੈ, ਇੰਟੀਗਰਲ ਮਲਟੀਪਲ ਆਫ ਸਮਾਲੈਸਟ ਯੂਨਿਟ ਆਫ ਚਾਰਜ, ਮਤਲਬ ਸਮਾਲ ਯੂਨਿਟ ਚਾਰਜ ਮਤਲਬ ਇਲੈਕਟ੍ਰੋਨਸ, ਮਤਲਬ ਇੰਟੀਗਰਲ ਮਲਟੀਪਲ ਆਫ ਇਲੈਕਟ੍ਰੋਨ ਜਾਂ ਪ੍ਰੋਟੋਨ। ਦੈਟ ਮੀਨ ਜੇਕਰ 10 ਪ੍ਰੋਟੋਨ ਕਿਸੇ ਬਾਡੀ 'ਚ ਹੈਗੇ ਜਾਂ 10 ਇਲੈਕਟ੍ਰੋਨ ਹੈਗੇ ਹੈ ਤਾਂ ਉਹਨੂੰ ਆਪਾਂ 10 ਨੂੰ ਉਹਦੀ ਇਸ ਵੈਲਿਊ ਨਾਲ 1.6 ਮਤਲਬ ਯੂਨਿਟ ਦੇ ਨਾਲ ਮਲਟੀਪਲਾਈ ਕਰ ਦਈਏ, ਉਹਨਾਂ ਕਿਸੇ ਬਾਡੀ ਦੇ ਉੱਤੇ ਚਾਰਜ ਹੋਊਗਾ। ਸੋ ਇਹ ਚਾਰਜ ਜਿਹੜਾ ਇਹ ਕੁਆਂਟਮ ਨੰਬਰ 'ਚ ਹੀ ਹੁੰਦਾ ਹੈ। ਦੈਟ ਮੀਨ ਜਦੋਂ ਇਲੈਕਟ੍ਰੋਨ ਜਦੋਂ ਜਾਂਦੇ ਹੈ ਕੁਆਂਟਮ ਨੰਬਰ ਤੋਂ, ਉਹ 'ਚ ਇਲੈਕਟ੍ਰੋਨ ਦਾ ਪੈਕੇਟ ਹੈ ਪੂਰਾ ਦਾ ਪੂਰਾ, ਉਹ ਇਲੈਕਟ੍ਰੋਨ ਜਿਹੜੇ ਆ ਉਹ ਇੰਟੀਗਰਲ ਮਲਟੀਪਲ 'ਚ ਹੁੰਦੇ ਹੈ 1, 2, 3, 4, 5, 6, 7। ਐਵੇਂ ਹੀ ਹੋ ਸਕਦਾ ਕਿ ਇਲੈਕਟ੍ਰੋਨ 1.3 ਹੋਣਗੇ, ਆਪਾਂ ਇਸ ਨੂੰ 1.3 ਜਾਂ 1.2 ਨਾਲ ਮਲਟੀਪਲਾਈ ਨਹੀਂ ਕਰ ਸਕਦੇ। ਜਦੋਂ ਅਸੀਂ ਇਹਨੂੰ ਮਲਟੀਪਲਾਈ ਕਰਾਂਗੇ ਤੇ ਇਹਨੂੰ ਕਿਸ ਨਾਲ ਮਲਟੀਪਲਾਈ ਕਰਾਂਗੇ, ਨੈਚੁਰਲ ਨੰਬਰ ਦੇ ਕਿਸੇ ਨਾਲ ਹੀ ਮਲਟੀਪਲਾਈ ਕਰਾਂਗੇ, ਇੰਟੀਜਰ ਨਾਲ ਹੀ ਮਲਟੀਪਲਾਈ ਕਰਾਂਗੇ। ਇਸ ਕਰਕੇ ਟੋਟਲ ਕਿਸੇ ਬਾਡੀ ਤੇ ਜੇਕਰ ਚਾਰਜ ਕੱਢਣਾ ਹੈ ਤਾਂ ਉਹਦਾ ਫਾਰਮੂਲਾ ਹੈਗਾ ਕਿਊ ਇਜ਼ ਇਕੁਅਲ ਟੂ ਪਲੱਸ ਮਾਈਨਸ ਐਨ ਈ। ਪਲੱਸ ਦਾ ਮਤਲਬ ਜੇਕਰ ਆਪਾਂ ਇਹਨੂੰ ਪ੍ਰੋਟੋਨ ਲੈ ਲਈਏ ਤੇ ਨੈਗੇਟਿਵ ਜੇ ਹੈਗਾ ਤਾਂ ਦੈਟ ਮੀਨ ਇਲੈਕਟ੍ਰੋਨ ਹੈ। ਸੋ ਈ ਦਾ ਮਤਲਬ ਚਾਰਜ ਹੈ, ਇਹ ਪ੍ਰੋਟੋਨ ਵੀ ਹੋ ਸਕਦਾ ਹੈ ਜਾਂ ਇਲੈਕਟ੍ਰੋਨ ਵੀ ਹੋ ਸਕਦਾ ਹੈ, ਔਰ ਐਨ ਦਾ ਮਤਲਬ ਨੰਬਰ ਹੈ, ਨੰਬਰ ਜਿੰਨਾ ਸ਼ਿਫਟ ਕੀਤਾ ਜਾਂ ਜਿੰਨਾ ਕਿਸੇ ਬਾਡੀ ਦੇ ਉੱਤੇ ਚਾਰਜ ਹੈਗਾ, ਤੇ ਉਹ ਕੀ ਹੈ, 1, 2, 3, 4, 5। ਇਥੇ ਗੱਲ ਕਲੀਅਰ ਹੋ ਗਈ? ਸੋ ਕਹਿਣ ਦਾ ਮਤਲਬ ਪੰਜਾਬੀ 'ਚ ਇੱਕ ਸਿੰਪਲ ਮਤਲਬ ਇਹ ਹੈ ਕਿ ਚਾਰਜ ਜਿਹੜਾ ਕਿਸੇ ਬਾਡੀ 'ਤੇ ਹੈ ਉਹ ਤਾਂ ਕਿਸੇ ਵੀ ਫਾਰਮ 'ਚ ਹੋ ਸਕਦਾ, ਪੁਆਇੰਟਾਂ ਪੁਆਇੰਟਾਂ 'ਚ ਕਿਸੇ 'ਚ ਵੀ ਆ ਸਕਦਾ ਹੈ, ਪਰ ਜਦੋਂ ਨੰਬਰ ਦੇਖਿਆ ਜਾਵੇਗਾ ਕਿ ਇਲੈਕਟ੍ਰੋਨ ਉਸ ਬਾਡੀ 'ਤੇ ਕਿੰਨੇ ਹੈਗੀ ਹੈ ਜਾਂ ਟ੍ਰਾਂਸਫਰ ਕਿੰਨੇ ਇਲੈਕਟ੍ਰੋਨ ਉਹ ਕਰ ਸਕਦਾ ਹੈ, ਉਹ ਆਪਾਂ 1, 2, 3, 4, 5 ਇਸ ਤਰ੍ਹਾਂ ਕਰ ਸਕਦੇ, ਫ੍ਰੈਕਸ਼ਨ 'ਚ ਟ੍ਰਾਂਸਫਰ ਨਹੀਂ ਕਰ ਸਕਦੇ। ਠੀਕ ਹੈ ਜੀ। ਸੋ ਇਸ ਜਿਹੜੀ ਇਹ ਸਾਡੀ ਸਾਰਾ ਕ੍ਰਿਟੇਰੀਆ ਜਿਹੜਾ ਆਪਾਂ ਪੜ੍ਹ ਲਿਆ ਸਾਰਾ, ਇਸ ਸਾਨੂੰ ਬੋਲਦੇ ਹਾਂ ਕੁਆਂਟਾਈਜੇਸ਼ਨ ਆਫ ਚਾਰਜ। ਦਸ ਦਾ ਚਾਰਜ ਔਨ ਬਾਡੀ ਐਗਜ਼ਿਸਟ ਇਨ ਦਾ ਫਾਰਮ ਆਫ ਡਿਸਕਰੀਟ ਪੈਕੇਟਸ ਆਫ ਚਾਰਜ ਐਂਡ ਇਸ ਨਾਟ ਕੰਟੀਨਿਊਸ। ਇਹਦਾ ਮਤਲਬ ਕਿ ਇਹ ਹੁੰਦਾ ਹੈ ਕਿ ਚਾਰਜ ਜਦੋਂ ਇੱਕ ਜਦੋਂ ਦੂਜੀ ਬਾਡੀ 'ਚ ਜਾਂਦਾ ਹੈ ਤੇ ਪੈਕੇਟਸ ਪੈਕੇਟਸ ਜਿਹੜੇ ਆ ਵੱਡੇ ਛੋਟੇ ਵੀ ਹੋ ਸਕਦੇ, 4 ਇਲੈਕਟ੍ਰੋਨ ਸ਼ਿਫਟ ਹੋ ਸਕਦੇ ਆ, 20 ਹੋ ਸਕਦੇ, 50 ਹੋ ਸਕਦੇ, ਮਤਲਬ ਇਹ ਡਿਸਕਰੀਟ ਚਾਰਜ ਪੈਕੇਟਸ ਹੈ।
ਇਹਦਾ ਮਤਲਬ ਇਹ ਹੈਗਾ ਕਿ ਪੈਕੇਜ ਦੀ ਵੈਲਿਊ ਛੋਟੀ ਵੱਡੀ ਹੋ ਸਕਦੀ ਹੈ, 10 ਇਲੈਕਟ੍ਰੋਨ ਸ਼ਿਫਟ ਹੋ ਸਕਦੇ ਹੈ। ਇਹ ਨਹੀਂ ਕਿ ਹੁਣ 10 ਇਲੈਕਟ੍ਰੋਨ ਸ਼ਿਫਟ ਹੋਏ ਤਾਂ 10 10 10 ਦੇ ਪੈਕੇਜ ਸ਼ਿਫਟ ਹੋਣਗੇ, 10 ਇਲੈਕਟ੍ਰੋਨ ਸ਼ਿਫਟ ਹੋ ਗਏ, 20 ਹੋ ਗਏ, 30 ਹੋ ਗਏ, 100 ਹੋ ਗਏ, ਮਿਲੀਅਨਸ ਹੋ ਗਏ, ਡਿਪੈਂਡ ਕਰਦਾ ਕਿੰਨੇ ਇਲੈਕਟ੍ਰੋਨਸ ਆਪਾਂ ਇੱਕ ਬੋਡੀ ਤੋਂ ਦੂਜੀ ਜਗ੍ਹਾ ਟ੍ਰਾਂਸਫਰ ਹੋਣਗੇ। ਤਾਂ ਉਹ ਚਾਰਜ ਜਿਹੜਾ ਬੋਡੀ ਤੋਂ ਐਗਜ਼ਿਸਟ ਜਿਹੜਾ ਕਰਦਾ ਹੈ ਉਹ ਡਿਸਕ੍ਰੀਟ ਪੈਕੇਜ 'ਚ ਹੀ ਜਾਂਦਾ ਹੈ, ਦੈਟ ਮੀਨਸ ਉਹਦੀਆਂ ਵੈਲਿਊ ਜਿਹੜੀਆਂ ਅਲੱਗ ਅਲੱਗ ਹੋ ਸਕਦੀਆਂ, ਪਰ ਜਾਏਗਾ ਉਹ ਇੰਟੀਗ੍ਰਲ ਮਲਟੀਪਲਸ 'ਚ, ਦੈਟ ਮੀਨਸ ਉਹ 1.2 ਇਲੈਕਟ੍ਰੋਨਸ ਜਾਂ 2.3 ਇਲੈਕਟ੍ਰੋਨਸ ਇੰਨਾ ਨਹੀਂ ਹੋ ਸਕਦਾ, ਹਾਂ 2.3 ਇੰਟੂ ਸਮਥਿੰਗ ਚਾਰਜ ਜ਼ਰੂਰ ਹੋ ਸਕਦਾ। ਰਾਈਟ, ਇਹ ਗੱਲ ਕਲੀਅਰ ਹੋ ਗਈ। ਸੋ ਪਹਿਲੀ ਗੱਲ ਹੈਗੀ ਕੁਆਂਟਮ ਚਾਰਜ, ਬਾਕੀ ਕੋਈ ਵੀ ਕੋਈ ਪ੍ਰੋਬਲਮ ਹੈ ਕਿਸੇ ਵੀ ਲੈਕਚਰ 'ਚ ਆਏਗੀ ਤੇ ਉਹ ਆਪਾਂ ਕੋਸ਼ਿਸ਼ ਕਰਾਂਗੇ ਉਹਨੂੰ ਆਪਾਂ, ਜਾਂ ਤਾਂ ਤੁਸੀਂ ਮੈਨੂੰ ਕਾਲ ਕਰਕੇ ਇਹਦੀ ਕਲੈਰਿਟੀ ਪੁੱਛ ਸਕਦੇ ਹਾਂ ਕਿ ਵੀ ਕੀ ਹੋਇਆ, ਜਾਂ ਜਦੋਂ ਆਪਾਂ ਰੈਗੂਲਰ ਕਲਾਸਿਸ ਜਦੋਂ ਆਪਾਂ ਲਗਾਵਾਂਗੇ ਤਾਂ ਉਦੋਂ ਆਪਾਂ ਇਸ ਚੀਜ਼ ਦੇ ਉੱਤੇ ਫਿਰ ਦੁਬਾਰਾ ਡਿਸਕਸ ਜਿਹੜਾ ਉਹ ਕਰ ਪਾਵਾਂਗੇ। ਠੀਕ ਹੈ ਜੀ। ਉਸ ਤੋਂ ਬਾਅਦ ਅੱਗੇ ਹੁਣ ਆਪਾਂ ਆ ਜਾਂਦੇ, ਦੈਟ ਇਜ਼ ਕਾਲਡ ਇਲੈਕਟ੍ਰਿਕ ਚਾਰਜ। ਇੱਥੇ ਇਨ ਪਾਇਆ, ਵੈਸੇ ਇਨ ਨਹੀਂ ਹੈਗਾ, ਦੈਟ ਇਜ਼ ਪਾ ਦਿਓ, ਇੱਥੇ ਤੁਹਾਡਾ ਮਿਸਟੇਕ ਹੋਈ ਹੋਈ ਹੈ, ਪ੍ਰਿੰਟਿੰਗ ਮਿਸਟੇਕ ਹੈ। ਇਲੈਕਟ੍ਰਿਕ ਚਾਰਜ ਇਜ਼ ਐਡਿਟਿਵ, ਚਾਰਜ ਨੂੰ ਇਹ ਚਾਰਜ ਦੀ ਪ੍ਰੋਪਰਟੀ, ਹੁਣ ਆਪਾਂ ਜਿਹੜਾ ਪੜ੍ਹ ਰਹੇ ਹਾਂ ਚਾਰਜ ਦੀਆਂ ਪ੍ਰੋਪਰਟੀਜ਼ ਪੜ੍ਹ ਰਹੇ ਹਾਂ। ਸੋ ਪਹਿਲੀ ਪ੍ਰੋਪਰਟੀ ਆਪਾਂ ਕੁਆਂਟਾਈਜ਼ੇਸ਼ਨ ਆਫ ਚਾਰਜ ਪੜ੍ਹੀ ਸੀ, ਸੈਕਿੰਡ ਪ੍ਰੋਪਰਟੀ ਸਾਡੀ ਜਿਹੜੀ ਹੈ ਉਹ ਹੈਗੀ ਹੈ ਇਲੈਕਟ੍ਰਿਕ ਚਾਰਜ ਇਜ਼ ਐਡਿਟਿਵ, ਚਾਰਜ ਨੂੰ ਆਪਾਂ ਹਮੇਸ਼ਾ ਐਡ ਕਰ ਸਕਦੇ ਹਾਂ, ਸਿੱਧਾ ਹੀ ਐਡ ਕਰ ਦਿਓ। ਜਿੰਨਾ ਚਾਰਜ ਕਿਸੇ ਬੋਡੀ 'ਤੇ ਹੈਗਾ ਉਹਨੂੰ ਦੂਸਰੀ ਬੋਡੀ ਨਾਲ ਜੇਕਰ ਆਪਾਂ ਜਦੋਂ ਐਡ ਕਰਨਾ ਤਾਂ ਆਪਾਂ ਸਿੱਧਾ ਹੀ ਐਡ ਕਰ ਦੇਣਾ। ਮਤਲਬ ਹੁਣ ਬੋਡੀ 'ਤੇ ਵੀ ਚਾਰਜ ਹੋ ਸਕਦਾ, ਇੱਕ ਬੋਡੀ 'ਤੇ ਆਪਾਂ ਮੰਨ ਲਓ ਇੱਧਰਲੇ ਪਾਸੇ 10 ਇਲੈਕਟ੍ਰੋਨ ਹੈ, ਦੂਸਰੀ ਉਹਦੀ ਸਾਈਡ 'ਤੇ 20 ਇਲੈਕਟ੍ਰੋਨਸ ਹੈ, ਹੁਣ ਤੁਸੀਂ ਕੋਲ ਟੋਟਲ ਬੋਡੀ 'ਤੇ ਕਿੰਨੇ ਇਲੈਕਟ੍ਰੋਨ, ਤੁਸੀਂ ਕਹੋਗੇ 10 ਇਲੈਕਟ੍ਰੋਨ ਪਲੱਸ 20 ਇਲੈਕਟ੍ਰੋਨਸ, ਤਾਂ ਸਿੱਧਾ ਹੀ ਆਪਾਂ ਬੋਲਾਂਗੇ 30 ਇਲੈਕਟ੍ਰੋਨਸ ਹੋ ਗਏ, ਇਹ ਤਾਂ ਆਪਾਂ ਗਿਣਤੀ ਦੀ ਗੱਲ ਕੀਤੀ। ਪਰ ਜੇਕਰ ਆਪਾਂ ਕਹਾਂਗੇ ਬੋਡੀ 'ਤੇ ਇੱਕ ਸਾਈਡ 'ਤੇ ਚਾਰਜ ਹੈਗਾ ਮੰਨ ਲਓ ਪਲੱਸ 3 Q ਆਹ ਵਾਲਾ, ਤੇ ਦੂਜੇ 'ਤੇ ਦੂਜੇ ਪਾਸੇ ਆਪਾਂ ਕਹਿੰਦੇ ਜੀ ਹੈਗਾ ਪਲੱਸ Q, ਇੱਕੋ ਬੋਡੀ 'ਤੇ ਹੈ, ਔਨ ਏ ਬੋਡੀ, ਆਪਾਂ ਕਹਿੰਦੇ ਔਨ ਏ ਬੋਡੀ, ਜਿਸ ਇੱਕ ਬੋਡੀ 'ਤੇ 3 Q ਚਾਰਜ ਇੱਕ ਪਾਸੇ ਪਿਆ ਹੈ, Q ਇੱਕ ਪਾਸੇ ਪਿਆ, ਤਾਂ ਟੋਟਲ ਚਾਰਜ ਉਸ ਬੋਡੀ 'ਤੇ ਕਿੰਨਾ ਹੋ ਗਿਆ 4 Q, ਸਿੱਧਾ ਪਲੱਸ ਕਰਤਾ। ਪਰ ਇੱਕ 'ਤੇ ਜੇਕਰ ਇੱਕ ਪਾਸੇ ਚਾਰਜ ਹੈਗਾ ਪਲੱਸ 3 Q ਅਤੇ ਦੂਜੇ ਪਾਸੇ ਚਾਰਜ ਹੈਗਾ ਮਾਈਨਸ Q, ਤਾਂ ਜਦੋਂ ਆਪਾਂ ਇਹਨੂੰ ਦੋਨੋਂ ਨੂੰ ਫਿਰ ਐਡ ਕਰਾਂਗੇ ਤਾਂ ਆਂਸਰ ਮਾਈਨਸ ਪਲੱਸ 2 Q ਆਊਗਾ। ਮੈਥ ਵਾਲੇ ਬੱਚੇ ਤੇ ਆਮ ਅਲਜਬਰਾ ਹੈਗਾ, ਨੋਰਮਲੀ ਅਲਜਬਰੇ 'ਚ ਜਿਵੇਂ ਆਪਾਂ ਕਰਦੇ ਹਾਂ ਇਹ ਉਹੀ ਚੀਜ਼ ਹੈਗੀ ਹੈ ਜਿਵੇਂ ਆਪਾਂ ਅਲਜਬਰੇ 'ਚ ਕਰਦੇ ਹਾਂ, ਉਸ ਆਪਾਂ ਸਿੱਧਾ ਇਹਨੂੰ ਐਡ ਕਰ ਦੇਣਾ। ਸੋ ਚਾਰਜ ਜਿਹੜੇ ਇਹ ਸਿੱਧੇ ਹੀ ਕਿਸੇ ਬੋਡੀ ਦੇ ਉੱਤੇ, ਟੋਟਲ ਚਾਰਜ ਕਿਸੇ ਬੋਡੀ ਦੇ ਕੀ ਹੈ, ਉਹਦੇ ਜਿੰਨੇ ਪ੍ਰੋਟੋਨਸ ਦਾ ਚਾਰਜ ਹੈਗਾ ਜਾਂ ਜਿੰਨਾ ਇਲੈਕਟ੍ਰੋਨ ਦਾ ਚਾਰਜ ਹੈਗਾ, ਜਦੋਂ ਆਪਾਂ ਉਹਨੂੰ ਟੋਟਲ ਕਰ ਦਿੰਦੇ ਹਾਂ ਤਾਂ ਸਿੱਧਾ ਅਲਜਬਰੀਕਲੀ ਅਸੀਂ ਐਡ ਕਰ ਸਕਦੇ ਹਾਂ, ਤਾਂ ਉਹਦੇ ਨਾਲ ਸਾਡੇ ਕੋਲ ਬੋਡੀ ਦੇ ਉੱਤੇ ਕਿੰਨਾ ਚਾਰਜ ਹੈਗਾ ਉਹ ਨਿਕਲ ਜਾਏਗਾ। ਠੀਕ ਹੈ ਜੀ। ਸੋ ਟੋਟਲ ਚਾਰਜ ਔਨ ਏ ਬੋਡੀ ਇਜ਼ ਇਕੁਅਲ ਟੂ ਦਾ ਅਲਜੈਬਰਿਕ ਸਮ ਆਫ ਆਲ ਦਾ ਚਾਰਜਸ ਪ੍ਰੈਜੈਂਟ ਐਨੀਵੇਅਰ ਇਨ ਦਾ ਬੋਡੀ, ਬੋਡੀ ਦੇ ਉੱਤੇ ਸਾਰੇ ਬੋਡੀ ਦੇ ਉੱਤੇ ਚਾਰਜਸ ਦੇ ਜਿੰਨੇ ਵੀ ਪੈਕੇਟਸ, ਜਿਵੇਂ ਪਹਿਲਾਂ ਆਇਆ ਸੀ ਕਿ ਪੈਕੇਟਸ ਬਣੇ ਹੋਏ ਆ, ਸਾਰੇ ਪੈਕੇਟਸ ਅਲੱਗ ਅਲੱਗ ਬਣੇ ਹੋਏ ਆ, ਉਹਨਾਂ ਸਾਰਿਆਂ ਨੂੰ ਜਦੋਂ ਆਪਾਂ ਐਡ, ਉਹ ਪੈਕੇਟਸ ਰੈਗੂਲਰ ਨਹੀਂ ਹੈ, ਇਹ ਨਹੀਂ ਕਿ 10 10 ਦੇ ਪੈਕੇਟ ਵੰਡੇ ਹੋਏ ਆ, 10 ਇੱਧਰ ਇਲੈਕਟ੍ਰੋਨ ਹੈਗੇ ਆ, ਹੋ ਸਕਦਾ 30 ਪ੍ਰੋਟੋਨਸ ਹੋਣ, 40 ਇਲੈਕਟ੍ਰੋਨ ਇੱਧਰ ਬੈਠੇ ਹੋਣ, ਸਿਰਫ ਅਲੱਗ ਕਿ ਇਹ ਚਾਰਜ ਡਿਵੈਲਪ ਹੋਏ ਹੋਏ ਆ। ਜਦੋਂ ਆਪਾਂ ਟੋਟਲ ਬੋਡੀ 'ਤੇ ਸਾਰੇ 'ਤੇ ਚਾਰਜ ਕੱਢਾਂਗੇ ਤਾਂ ਉਹ ਸਾਰਾ ਟੋਟਲ ਆਪਾਂ ਅਲਜੈਬਰਿਕਲੀ ਐਡ ਕਰ ਦੇਣਾ। ਸੋ ਇਹਨੂੰ ਬੋਲਦੇ ਆ ਐਡਿਟਿਵ ਨੇਚਰ ਆਫ ਇਲੈਕਟ੍ਰਿਕ ਚਾਰਜ। ਉਸ ਤੋਂ ਬਾਅਦ ਨੈਕਸਟ ਪੋਰਸ਼ਨ 'ਤੇ ਆਪਾਂ ਚਲੇ ਜਾਂਦੇ ਹਾਂ, ਇਹਨੂੰ ਬੋਲਦੇ ਸੀ, ਇਹ ਟੌਪਿਕ ਹੈਗਾ ਇਨਵੇਰੀਅੰਸ ਆਫ ਇਲੈਕਟ੍ਰਿਕ ਚਾਰਜ। ਇਹਦਾ ਮਤਲਬ ਕੀ ਹੈ, ਤੁਸੀਂ ਆਪਾਂ ਜੂਨੀਅਰ ਕਲਾਸਿਸ 'ਚ ਪੜ੍ਹਦੇ ਸੀ, ਉਸ 'ਚ ਆਪਾਂ ਨੂੰ ਇਹ ਪੜ੍ਹਾਇਆ ਗਿਆ ਸੀਗਾ ਕਿ ਜਿਹੜਾ ਮਾਸ ਹੁੰਦਾ ਕਿਸੇ ਬੋਡੀ ਦਾ ਉਹ ਚੇਂਜ ਨਹੀਂ ਹੁੰਦਾ, ਮਾਸ ਨੂੰ ਅਸੀਂ ਚੇਂਜ ਨਹੀਂ ਕਰ ਸਕਦੇ, ਜਿਹਨੂੰ ਆਪਾਂ ਸਮਾਲ ਐਮ ਦੇ ਨਾਲ ਡਿਨੋਟ ਕਰਦੇ ਸੀ, ਆਪਾਂ ਕਹਿੰਦੇ ਵੀ ਇਹ ਕਦੇ ਵੀ ਕਿਸੇ ਬੋਡੀ 'ਚ ਚੇਂਜ ਨਹੀਂ ਹੁੰਦਾ। ਬਟ ਜਦੋਂ ਆਪਾਂ ਸੀਨੀਅਰ ਕਲਾਸਿਸ 'ਚ ਆ ਜਾਂਦੇ ਹਾਂ ਤਾਂ ਸਾਨੂੰ ਇਹ ਪੜ੍ਹਨ ਨੂੰ ਮਿਲਦਾ ਹੈ ਕਿ ਮਾਸ ਵੀ ਕਿਸੇ ਬੋਡੀ ਦਾ ਚੇਂਜ ਕੀਤਾ ਜਾ ਸਕਦਾ ਹੈ, ਜੇਕਰ ਬੋਡੀ ਨੂੰ ਬਹੁਤ ਜ਼ਿਆਦਾ ਸਪੀਡ 'ਤੇ ਮੂਵ ਕਰਾਇਆ ਜਾਵੇ। ਸਪੀਡ ਕਿੰਨੀ, ਅਪਰੋਕਸੀਮੇਟਲੀ ਲਾਈਟ ਦੀ ਸਪੀਡ 3 × 10⁻⁸ ਮੀਟਰ ਪਰ ਸੈਕਿੰਡ, ਜੇਕਰ ਬੋਡੀ ਉਸ ਸਪੀਡ ਤੱਕ ਚਲੇ ਜਾਏ ਤਾਂ ਬੋਡੀ ਦਾ ਮਾਸ ਜਿਹੜਾ ਵਾ ਉਹ ਚੇਂਜ ਹੋ ਜਾਂਦਾ ਹੈ, ਵੱਧ ਜਾਂਦਾ ਹੈ, ਡੈਡ ਬੋਡੀ ਦਾ ਮਾਸ ਚੇਂਜ ਹੋ ਸਕਦਾ। ਪਰ ਚਾਰਜ ਦੇ ਉੱਤੇ ਕੀ ਗੱਲ ਇਹ ਅਪਲਾਈ ਹੁੰਦੀ ਹੈ ਕਿ ਜੇਕਰ ਕਿਸੇ ਬੋਡੀ ਦੇ ਉੱਤੇ ਚਾਰਜ ਚੜ੍ਹਾਤਾ, ਮੰਨ ਲਓ ਕਿਸੇ ਬੋਡੀ ਦੇ ਉੱਤੇ ਮੈਂ ਕਹਿੰਦਾ ਮੇਰਾ 4 Q ਚਾਰਜ ਹੈ, ਉਸ ਬੋਡੀ ਨੂੰ ਮੈਂ ਜਿੰਨੀ ਮਰਜ਼ੀ ਤੇਜ਼ ਘੁਮਾਵਾਂ, ਜਿੰਨੀ ਮਰਜ਼ੀ ਹੌਲੀ ਘੁਮਾਵਾਂ, ਉਸ ਬੋਡੀ 'ਤੇ ਚਾਰਜ 4 Q ਹੀ ਰਹੇਗਾ, ਨਾ ਤਾਂ ਉਸ ਬੋਡੀ ਦਾ ਚਾਰਜ ਘਟੇਗਾ ਨਾ ਉਸ ਬੋਡੀ ਦਾ ਚਾਰਜ ਵਧੇਗਾ। ਦੈਟ ਇਜ਼ ਬੋਡੀ ਦੇ ਉੱਤੇ ਜਿਹੜਾ ਚਾਰਜ ਹੈ ਉਹਦਾ ਮੋਸ਼ਨ ਆਫ ਬੋਡੀ, ਮੋਸ਼ਨ ਆਫ ਪਾਰਟੀਕਲ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਸੋ ਇਹੀ ਇੱਥੇ ਲਿਖਿਆ ਗਿਆ, ਦਾ ਇਲੈਕਟ੍ਰਿਕ ਚਾਰਜ ਔਨ ਏ ਪਾਰਟੀਕਲ ਇਜ਼ ਨੋਟ ਅਫੈਕਟਿਡ ਬਾਏ ਦਾ ਮੋਸ਼ਨ ਆਫ ਦਾ ਪਾਰਟੀਕਲ, ਪਾਰਟੀਕਲ ਦੀ ਮੋਸ਼ਨ ਨਾਲ ਕੋਈ ਫਰਕ ਨਹੀਂ ਪੈਂਦਾ, ਚਾਰਜ ਬੋਡੀ ਦੇ ਉਨਾ ਹੀ ਰਹਿੰਦਾ ਹੈ। ਇਹਨੂੰ ਟੈਕਨੀਕਲੀ ਆਪਾਂ +1 ਫਰੇਮ ਆਫ ਰੈਫਰੈਂਸ ਵੀ ਪੜ੍ਹਦੇ ਸੀ ਪਹਿਲਾਂ, ਉਹਦੇ ਹਿਸਾਬ ਨਾਲ ਵੀ ਬੋਲਿਆ ਜਾਂਦਾ, ਇਲੈਕਟ੍ਰਿਕ ਚਾਰਜਸ ਇਨਡੀਪੈਂਡੈਂਟ ਆਫ ਫਰੇਮ ਆਫ ਰੈਫਰੈਂਸ, ਫਰੇਮ ਆਫ ਰੈਫਰੈਂਸ ਮੋਸ਼ਨ ਨਾਲ ਲਿੰਕ ਹੁੰਦਾ, ਸੋ ਮੋਸ਼ਨ ਦੇ ਨਾਲ ਇਨਡੀਪੈਂਡੈਂਟ ਹੈ, ਮੋਸ਼ਨ ਦੇ ਉੱਪਰ ਕੋਈ ਡਿਪੈਂਡੈਂਸੀ ਚਾਰਜ ਦੀ ਨਹੀਂ ਹੈ। ਬੋਡੀ ਨੂੰ ਫਾਸਟ ਕਰ ਦਿਓ, ਬੋਡੀ ਨੂੰ ਸਲੋ ਕਰ ਦਿਓ, ਜਿੰਨਾ ਉਸ ਦੇ ਉੱਤੇ ਚਾਰਜ ਹੈਗਾ ਉਨਾ ਹੀ ਰਹੂਗਾ।
ਨੈਕਸਟ ਪੋਰਸ਼ਨ ਤੇ ਆ ਜਾਂਦੇ ਹਾਂ। ਇਹਨੂੰ ਅਸੀਂ ਬੋਲ ਦਿੰਦੇ ਹਾਂ ਕੰਜ਼ਰਵੇਸ਼ਨ ਆਫ ਚਾਰਜ। ਕੰਜ਼ਰਵੇਸ਼ਨ ਆਫ ਚਾਰਜ ਜਿਹੜਾ ਹੈਗਾ, ਜਿਵੇਂ ਆਪਾਂ ਹੁਣ ਛੋਟੇ ਕਲਾਸਿਸ 'ਚ ਆਪਾਂ ਬਥੇਰੀ ਵਾਰੀ ਕੰਜ਼ਰਵੇਸ਼ਨ ਦੀਆਂ ਚੀਜ਼ਾਂ ਪੜ੍ਹੀਆਂ। ਕੰਜ਼ਰਵੇਸ਼ਨ ਦਾ ਮਤਲਬ ਕਿ ਚਾਰਜ ਜਿਹੜਾ ਹੈ, ਕੰਜ਼ਰਵੇਸ਼ਨ ਜ਼ਰੂਰੀ ਨਹੀਂ ਚਾਰਜ ਦੇ ਉੱਤੇ ਲਾ ਲੱਗਦਾ, ਕੰਜ਼ਰਵੇਸ਼ਨ ਆਫ ਮੋਮੈਂਟਮ, ਕੰਜ਼ਰਵੇਸ਼ਨ ਆਫ એનર્ਜੀ, ਜਾਂ ਤਾਂ ਇੱਕ ਟੋਟਲ ਕਿਸੇ ਬਾਡੀ ਦੇ ਉੱਤੇ એનર્ਜੀ ਸੇਮ ਰਹਿੰਦੀ ਹੈ, ਮੋਮੈਂਟਮ ਸੇਮ ਰਹਿੰਦਾ, ਮਤਲਬ ਆਪਾਂ ਉਹਨੂੰ ਉਸ ਕੰਜ਼ਰਵੇਸ਼ਨ ਦਾ ਮਤਲਬ ਕੰਜ਼ਰਵ ਰਹਿੰਦੀ ਹੈ ਚੀਜ਼। ਸੋ ਇਹ ਕੰਜ਼ਰਵੇਸ਼ਨ ਆਫ ਚਾਰਜ ਦਾ ਮਤਲਬ ਇਹੀ ਹੈ ਕਿ ਚਾਰਜ ਜਿਹੜਾ ਹੈ ਇਹਨੂੰ ਅਸੀਂ ਨਾ ਤਾਂ ਕਿਸ ਕ੍ਰੀਏਟ ਕਰ ਸਕਦੇ, ਨਾ ਇਹਨੂੰ ਆਪਾਂ ਡਿਸਟਰੋਏ ਕਰ ਸਕਦੇ ਹਾਂ ਕਿਸੇ ਵੀ ਆਈਸੋਲੇਟਡ ਸਿਸਟਮ 'ਚ। ਜੇਕਰ ਬਾਹਰੋਂ ਕੋਈ ਮਦਦ ਨਾ ਲਈ ਜਾਏ ਤਾਂ ਚਾਰਜ ਜਿਹੜਾ ਨਾ ਤਾਂ ਕ੍ਰੀਏਟ ਕੀਤਾ ਜਾ ਸਕਦਾ ਆਪਣੇ ਆਪ, ਨਾ ਡਿਸਟਰੋਏ ਕੀਤਾ। ਦੈਟ ਮੀਨ ਕਿਸੇ ਬਾਡੀ ਦੇ ਉੱਤੇ ਟੋਟਲ ਜਿਹੜਾ ਚਾਰਜ ਆ ਉਹ ਉਹਨਾਂ ਦਾ ਉਹਨਾਂ ਹੀ ਰਹਿੰਦਾ। ਜੇ ਆਪਾਂ ਇੱਕ ਸਿਸਟਮ ਦੀ ਗੱਲ ਕਰੀਏ, ਸਿਸਟਮ ਦੇ ਵਿੱਚ ਦੋ ਬਾਡੀਜ਼ ਹੋ ਸਕਦੀਆਂ, ਤਿੰਨ ਬਾਡੀਜ਼ ਹੋ ਸਕਦੀਆਂ, ਚਾਰ ਬਾਡੀਜ਼ ਹੋ ਸਕਦੀਆਂ, ਪੰਜ ਬਾਡੀਜ਼ ਹੋ ਸਕਦੀਆਂ, ਜਿੰਨੀ ਮਰਜ਼ੀ ਬਾਡੀਜ਼ ਲੈ ਲਈਏ। ਪਰ ਜੇਕਰ ਸਾਰੀ ਬਾਡੀ ਨੂੰ ਆਪਾਂ ਇੱਕ ਸਿਸਟਮ ਬਣਾ ਲਈਏ ਤਾਂ ਇਸ ਸਿਸਟਮ ਦਾ ਜੇਕਰ ਟੋਟਲ ਚਾਰਜ ਕੱਢਿਆ ਜਾਵੇ ਉਹ ਉਹਨਾਂ ਦਾ ਉਹਨਾਂ ਹੀ ਰਹਿੰਦਾ ਜਿੰਨਾ ਸੀਗਾ। ਇੱਕ ਬਾਡੀ ਤੋਂ ਚਾਰਜ ਦੂਸਰੀ ਬਾਡੀ 'ਚ ਟ੍ਰਾਂਸਫਰ ਹੋ ਸਕਦਾ, ਦੂਸਰੀ ਤੋਂ ਤੀਸਰੀ 'ਚ ਹੋ ਸਕਦਾ, ਤੀਸਰੀ ਤੋਂ ਪਹਿਲੀ 'ਚ ਹੋ ਸਕਦਾ, ਇਹ ਟ੍ਰਾਂਸਫਰ ਹੋ ਸਕਦਾ ਚਾਰਜ। ਦੈਟ ਮੀਨ ਬਾਡੀ ਦੇ ਉੱਤੇ ਚਾਰਜਿਸ ਜਿਹੜੀ ਵੈਲਿਊ ਆ ਚੇਂਜ ਹੋ ਸਕਦੀ ਆ। ਪਰ ਜੇ ਟੋਟਲ ਸਿਸਟਮ ਦੀ ਗੱਲ ਕੀਤੀ ਜਾਵੇ, ਸਾਰਿਆਂ ਦਾ ਚਾਰਜ ਮਿਲਾਇਆ ਜਾਵੇ ਜਿਵੇਂ ਪਿਛਲੀ ਵਾਰੀ ਆਇਆ ਟੋਟਲ ਕਰ ਦਿਓ ਸਾਰਾ, ਤਾਂ ਉਹਨੇ ਦਾ ਉਹਨਾਂ ਹੀ ਆਨਸਰ ਆਊਗਾ। ਜੇਕਰ ਇੱਧਰ ਇਹਦੇ ਕੋਲ 3 ਕਿਊ ਚਾਰਜ ਹੈ, ਇਹਦੇ ਕੋਲ ਮੰਨ ਲਓ 1 ਕਿਊ ਚਾਰਜ ਹੈ, ਉਹ ਸਾਰਾ ਚਾਰਜ ਇੱਧਰ ਉੱਧਰ ਸ਼ਿਫਟ ਕਰਕੇ ਇੱਧਰ 3 ਕਿਊ ਹੋ ਗਿਆ, ਤੇ ਇੱਧਰ ਕਿੰਨਾ ਹੋ ਗਿਆ 1 ਕਿਊ। ਸੋ ਮਿਲਾ ਕੇ ਟੋਟਲ ਦੋਨਾਂ ਚਾਰਜ ਫਿਰ ਕਿੰਨਾ ਰਹਿ ਗਿਆ 4 ਕਿਊ। ਪਹਿਲਾਂ ਇਹਦਾ 1 ਸੀ, ਇਹਦਾ 3 ਸੀ, ਹੁਣ ਇਹਦਾ 1 ਹੋ ਗਿਆ, ਇੱਧਰ 3 ਹੋ ਗਿਆ। ਸੋ ਦੈਟ ਮੀਨਸ ਕੀ ਹੋ ਗਿਆ, ਦੋਨੋਂ ਪਾਸੇ ਜੇ ਦੇਖਿਆ ਜਾਵੇ ਤਾਂ ਚਾਰਜ ਦੀ ਟੋਟਲ ਟੋਟੈਲਿਟੀ ਜਿਹੜੀ ਹੈਗੀ ਹੈ ਉਹ 19 ਦੀ 19 ਹੀ ਰਹਿ ਰਹੀ ਹੈ, ਉਹ ਨਹੀਂ ਬਦਲਦੀ। ਸੋ ਇਸ ਕਰਕੇ ਆਪਾਂ ਕਹਿੰਦੇ ਹਾਂ ਕਿ ਚਾਰਜ ਜਿਹੜਾ ਵਾ ਇਹ ਕੰਜ਼ਰਵ ਰਹਿੰਦਾ। ਇਹਦੀਆਂ ਕੁਝ ਐਗਜ਼ਾਮਪਲਸ ਥੱਲੇ ਲਿਖੀਆਂ ਹੋਈਆਂ, ਇਹ ਮੈਂ ਗਲਾਸ ਰੋਡ ਤੇ ਜਿਵੇਂ ਉੱਪਰ ਟੇਬਲ ਬਣਾਇਆ ਸੀ ਉਹਦੇ ਹਿਸਾਬ ਨਾਲ ਕਈ ਹੈਗੀਆਂ, ਤੁਸੀਂ ਪੜ੍ਹ ਲੈਣੀ ਹੈ। ਇਹ 'ਚ ਇਹੀ ਲਿਖਿਆ ਹੋਇਆ ਹੈ ਕਿ ਜਦੋਂ ਚਾਰਜ ਸ਼ਿਫਟ ਕਰਦਾ, ਜੇ ਜੇਕਰ ਸ਼ਿਫਟ ਕਰਦਾ ਮਤਲਬ ਇਹ ਹੈ ਕਿ ਚਾਰਜ ਇੱਧਰੋਂ ਨਿਕਲ ਗਿਆ ਤਾਂ ਦੂਸਰੀ ਬਾਡੀ 'ਚ ਚਲਾ ਗਿਆ। ਇਹ ਤਾਂ ਟੋਟਲ ਚਾਰਜ ਤਾਂ ਉਹਨੇ ਦਾ ਉਹਨਾਂ, ਚਾਰਜ ਤਾਂ ਕਿਤੇ ਬਾਹਰ ਨਹੀਂ ਚਲਾ ਗਿਆ, ਇਹ ਨਹੀਂ ਕਿਤੇ ਡਿਸਟਰੋਏ ਹੋ ਗਿਆ ਜਾਂ ਕ੍ਰੀਏਟ ਹੋ ਗਿਆ, ਚਾਰਜ ਟੋਟਲ ਉਹਨੇ ਦਾ ਉਹਨਾਂ ਹੀ ਰਹੂਗਾ। ਇਹਨੇ ਦੋ ਐਗਜ਼ਾਮਪਲ ਦਿੱਤੀਆਂ ਹੋਈਆਂ, ਇੱਕ ਉੱਪਰ ਦਿੱਤੀ, ਇੱਕ ਇਹ ਵਾਲੀ, ਇੱਕ ਯੂਰੇਨੀਅਮ ਦੀ ਦਿੱਤੀ ਹੋਈ ਹੈ, ਯੂਰੇਨੀਅਮ 238, ਇੱਕ ਆਪਣਾ ਨਿਊਕਲੀਅਰ ਜਿਹੜੇ ਰਿਐਕਟਰਸ ਹੁੰਦੇ ਉਹਨਾਂ 'ਚ ਯੂਰੇਨੀਅਮ ਯੂਜ਼ ਹੁੰਦਾ, ਨਿਊਕਲੀਅਰ ਫਿਊਲ ਹੈਗਾ। ਸੋ ਇਹਦੇ ਵਿੱਚ 238 ਅਤੇ 90, ਜੇਕਰ ਨੂੰ ਧਿਆਨ ਦੇਖੋ ਜਦੋਂ ਇਹਨੂੰ ਬ੍ਰੇਕਅਪ ਕੀਤਾ ਤਾਂ ਇਹ ਥੋਰੀਅਮ ਅਤੇ ਹੀਲੀਅਮ ਦੇ ਵਿੱਚ ਕਨਵਰਟ ਹੋਇਆ ਹੋਇਆ, ਆਹ ਥੋਰੀਅਮ ਹੈ ਅਤੇ ਆਹ ਹੀਲੀਅਮ ਹੈ। ਪਰ ਉੱਪਰ ਧਿਆਨ ਨਾਲ ਜਿਹੜੀ ਦੇਖੋ ਤਾਂ ਉੱਪਰ 234 ਅਤੇ 4 ਮਿਲਾ ਕੇ ਕਿੰਨਾ ਹੋ ਗਿਆ, 238, ਉਹ ਆਹ 238 ਹੈ। ਸੋ ਟੋਟਲ ਤਾਂ ਉਹਨੇ ਉਹਨਾਂ ਹੀ ਰਹਿ ਗਿਆ, ਅਤੇ 90 ਜਿਹੜਾ ਇੱਧਰਲੇ ਪਾਸੇ 90+2 ਕੀਤਾ ਤਾਂ ਕਿੰਨਾ ਆ ਗਿਆ, ਦੈਟ ਬਿਕਮਸ 92, ਅਤੇ ਇੱਧਰ ਕਿੰਨਾ ਆ ਗਿਆ 92। ਸੋ ਟੋਟਲ ਦੇਖਿਆ ਜਾਵੇ ਤਾਂ ਇਹ ਉੱਪਰ ਜਿਹੜੇ ਐਟੋਮਿਕ ਨੰਬਰ ਜਾਂ ਮਾਸ ਨੰਬਰ ਹੈ ਤੁਸੀਂ ਕੈਮਿਸਟਰੀ 'ਚ ਆਲਰੇਡੀ ਪੜ੍ਹੇ ਹੋਣਗੇ, ਇਹਦਾ ਮਤਲਬ ਇਹ ਗਿਣਤੀ ਬਾਰੇ ਹੁੰਦੇ ਹੈ ਕਿ ਨੰਬਰਸ ਬਾਰੇ ਹੁੰਦਾ ਕਿ ਇਲੈਕਟ੍ਰੋਨ ਪ੍ਰੋਟੋਨ ਜਾਂ ਨਿਊਟ੍ਰੋਨਸ ਕਿੰਨੇ ਹੈ। ਸੋ ਦੇਖਿਆ ਤਾਂ ਟੋਟਲ ਮਿਲਾ ਕੇ ਉਨੇ ਤਾਂ ਉਨੇ ਹੀ ਰਹਿ ਰਿਹਾ, ਥੱਲੇ ਕੈਲਕੂਲੇਸ਼ਨ ਕਰਕੇ ਵੀ ਦੱਸੀ ਹੈ ਕਿ ਟੋਟਲ ਚਾਰਜ ਉਨੇ ਦਾ ਹੁੰਦਾ ਹੀ ਰਹਿੰਦਾ। ਸੋ ਲਾਸਟ ਹੁਣ ਆਪਾਂ ਜਦੋਂ ਆਉਂਦੇ ਹਾਂ ਇਹ ਪ੍ਰੋਪਰਟੀਜ਼ ਆਫ ਇਲੈਕਟ੍ਰਿਕ ਚਾਰਜ, ਇਹ ਕੁਐਸਚਨ ਪੇਪਰ ਦੇ ਵਿੱਚ ਬੋਰਡ ਦੇ ਵਿੱਚ ਬਹੁਤ ਵਾਰੀ ਆਇਆ ਹੈ, ਇਹ ਪ੍ਰੋਪਰਟੀਜ਼ ਆਫ ਇਲੈਕਟ੍ਰਿਕ ਚਾਰਜ ਬਾਰੇ ਡਿਸਕਸ ਕਰੋ। ਇਹਦੇ 'ਚ ਹੁਣ ਤੁਸੀਂ ਦੇਖਿਆ ਹੋਗਾ ਜਿੰਨੀਆਂ ਮੈਂ ਗੱਲਾਂ ਉੱਪਰ ਸਾਰੀਆਂ ਕੀਤੀਆਂ, ਸਾਰੀਆਂ ਇਹਦੇ ਅੰਡਰ ਨੰਬਰ ਲਗ ਲਗ ਕੇ 1, 2, 3, 4 ਕਰਕੇ ਆਏ ਹੋਏ ਹੈ। ਸੋ ਪਹਿਲਾਂ ਦੇਖਿਆ ਜਾਵੇ ਤਾਂ ਉਹੀ ਚੀਜ਼ ਲਿਖੀ ਹੈ, ਕੀ ਲਿਖੀ ਹੈ, ਦੇਰ ਆਰ ਟੂ ਕਾਇੰਡਸ ਆਫ ਚਾਰਜਸ, ਪੋਜ਼ਿਟਿਵ ਐਂਡ ਨੈਗੇਟਿਵ, ਓਕੇ। ਸੈਕਿੰਡ, ਲਾਈਕ ਚਾਰਜਸ, ਮਤਲਬ ਪੋਜ਼ਿਟਿਵ ਪੋਜ਼ਿਟਿਵ ਨੂੰ ਰਿਪੈਲ ਕਰੇਗਾ, ਨੈਗੇਟਿਵ ਨੈਗੇਟਿਵ ਨੂੰ ਰਿਪੈਲ ਕਰੇਗਾ, ਆਪਸ ਦੋਨੋਂ ਚਾਰਜਸ ਇੱਕ ਦੂਜੇ ਨੂੰ ਅਟਰੈਕਟ ਕਰਨਗੇ, ਦੈਟ ਇਜ਼ ਸੈਕਿੰਡ ਵਨ। ਦ ਥਰਡ ਵਨ, ਥਰਡ ਵਨ ਕੀ ਹੋ ਗਿਆ, ਐਡਿਕਟਿਵ ਨੇਚਰ, ਇਹ ਵੀ ਦੱਸਿਆ ਕਿ ਟੋਟਲ ਇੱਕ ਆਈਸੋਲੇਟਡ ਸਿਸਟਮ ਟੋਟਲ ਚਾਰਜ ਅਲਜੈਬਰਿਕ ਸਮ ਆਫ ਆਲ ਦਾ ਚਾਰਜਸ ਪ੍ਰੈਜੈਂਟ ਐਨੀਵੇਅਰ ਇਨ ਦਾ ਬਾਡੀ ਰਿਮੇਨਸ ਸੇਮ, ਸੇਮ ਰਹਿੰਦਾ ਟੋਟਲ ਚਾਰਜ, ਐਡਿਟਿਵ ਨੇਚਰ ਦਾ ਨਹੀਂ, ਇਹ ਵਾਲਾ ਨਹੀਂ ਸੀਗਾ, ਇਹ ਸੀਗਾ ਟੋਟਲ ਚਾਰਜ ਉਨਾ ਹੀ ਰਹਿੰਦਾ। ਇੱਕ ਤਾਂ ਇਹ ਕੰਜ਼ਰਵੇਸ਼ਨ ਵਾਲਾ ਹੋ ਗਿਆ, ਔਰ ਇਹ ਵਾਲਾ ਉਹ ਥੱਲੇ ਪਾਰਟ ਸੀਗਾ ਵਾਲਾ ਕੰਜ਼ਰਵ ਵਾਲਾ ਹੋ ਗਿਆ, ਅਤੇ ਨਾਲ ਹੀ ਇਹ ਕੀ ਹੋਗਾ, ਐਡਿਟਿਵ ਐਡ ਵੀ ਕਰ ਸਕਦਾ। ਦੋਨੋਂ ਚੀਜ਼ਾਂ ਦੇਖ ਲਈਆਂ ਕਿ ਮੈਂ ਕੰਜ਼ਰਵੇਸ਼ਨ 'ਚ ਉਹੀ ਗੱਲ ਦੱਸੀ ਕਿ ਬਾਡੀਜ਼ ਦੇ ਵਿੱਚ ਚਾਰਜ ਸ਼ਿਫਟ ਕੀਤਾ, ਪਰ ਟੋਟਲ ਚਾਰਜ ਉਹਨੇ ਦਾ ਉਨਾ ਹੀ ਰਹੇਗਾ। ਸੋ ਉਹਨੂੰ ਅਲਜੈਬਰਿਕਲੀ ਆਪਾਂ ਸਮ ਹੀ ਕਰਦੇ ਹਾਂ ਤਾਂ ਜੋ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਚਾਰਜ ਜਿਹੜਾ ਉਹ ਉਹਨੇ ਦਾ ਉਨਾ ਹੀ ਰਹਿੰਦਾ। 3 ਕਿਊ ਨੂੰ ਭਾਵੇਂ 1 ਕਿਊ 'ਚ ਐਡ ਕਰ ਦਿਓ ਜਾਂ 1 ਕਿਊ ਨੂੰ 3 ਕਿਊ ਐਡ ਕਰ ਦਿਓ, ਆਂਸਰ 4 ਕਿਊ ਹੀ ਆਊਗਾ। ਇਹ ਦੋਨੋਂ ਪਾਰਟ ਜਿਹੜੇ ਹੈਗੇ ਆ, ਥਰਡ ਵਾਲਾ ਅਤੇ ਜਿਹੜਾ ਫਿਫਥ ਵਾਲਾ, ਇਹ ਮੈਂ ਤੁਹਾਨੂੰ ਦੋਨੋਂ ਇਕੱਠੀ ਦੱਸਦੇ, ਇੱਕ ਕੰਜ਼ਰਵੇਸ਼ਨ 'ਚ ਆ ਗਿਆ, ਇੱਕ ਟੋਟਲ ਚਾਰਜ ਜਿਹੜਾ ਉਹਨੇ ਦਾ ਉਹਨਾਂ ਐਡਿਟਿਵ ਕੀਤਾ ਜਾ ਸਕਦਾ, ਐਡ ਕੀਤਾ ਜਾ ਸਕਦਾ। ਇਹ ਵਾਲਾ ਤੁਹਾਨੂੰ ਹੁਣ ਕੁਆਂਟਾਈਜੇਸ਼ਨ ਆਫ ਚਾਰਜ ਦੱਸਿਆ ਸੀਗਾ ਕਿ ਟੋਟਲ ਚਾਰਜ ਕਿੰਨਾ ਹੁੰਦਾ, ਉਹ ਕਿਊ ਇਜ਼ ਇਕੁਅਲ ਟੂ ਐਨੀ ਫਾਰਮੂਲਾ ਯਾਦ ਕਰ ਲੈਣਾ ਹੈ। ਲਾਸਟ ਵਾਲਾ ਇਹ ਦੱਸਿਆ ਸੀ ਮੋਸ਼ਨ ਆਫ ਦਾ ਪਾਰਟੀਕਲ ਨਾਲ ਇਨਵੇਰੀਅੰਸ ਆਫ, ਜਿਹੜਾ ਮੈਂ ਹੁਣੇ ਟੋਪਿਕ ਦੱਸਿਆ ਸੀਗਾ ਲਾਸਟ, ਜਿਹੜਾ ਦੱਸਿਆ ਸੀ ਇਨਵੇਰੀਅੰਸ ਆਫ, ਆਹ ਵਾਲਾ ਸੀ ਜਿਹੜਾ ਇਨਵੇਰੀਅੰਸ ਆਫ ਇਲੈਕਟ੍ਰਿਕ ਚਾਰਜ, ਇਹੀ ਲਾਸਟ ਤੇ ਜਿਹੜਾ ਪੁਆਇੰਟ ਹੈ ਇੱਥੇ ਦੱਸਿਆ ਗਿਆ, ਥੱਲੇ ਲਿਖਿਆ ਹੋਇਆ ਕਿ ਚਾਰਜ ਜਿਹੜਾ ਇਨ ਮੋਸ਼ਨ ਦੇ ਨਾਲ ਕੋਈ ਵੀ ਇਫੈਕਟਿਡ, ਮੋਸ਼ਨ ਦੇ ਨਾਲ ਕੋਈ ਵੀ
ਇਹਦੀ ਡਿਟੇਲ ਆਪਾਂ ਕਿਸੇ ਨੇ ਡਿਸਕਸ ਕਰਨੀ ਜਦੋਂ ਆਪਾਂ ਰੈਗੂਲਰ ਕਲਾਸ ਲਗਾਵਾਂਗੇ ਉਦੋਂ ਆਪਾਂ ਇਹਦੀ ਡਿਟੇਲ ਗੱਲ ਕਰਾਂਗੇ, ਅਜੇ ਆਪਾਂ ਇਸ ਡਿਟੇਲ 'ਚ ਨਹੀਂ ਜਾਵਾਂਗੇ। ਉਸ ਤੋਂ ਬਾਅਦ ਇੱਕ ਹੋਰ ਟੌਪਿਕ ਜਿਹੜਾ ਆਪਾਂ ਕਰਦੇ ਹਾਂ ਉਹ ਹੈਗਾ ਕੂਲਮਸ ਲਾਅ ਆਫ ਇਲੈਕਟ੍ਰੋਸਟੈਟਿਕ ਫੋਰਸ। ਇਹ ਪਹਿਲਾ ਲਾਅ ਹੈ ਜਿਹੜਾ ਤੁਹਾਡੇ ਇਲੈਕਟ੍ਰੋਸਟੈਟਿਕਸ ਦਾ ਚੈਪਟਰ ਤੁਸੀਂ ਪੜ੍ਹਨਾ, ਜਿਹੜਾ ਡੈਰੀਵੇਸ਼ਨ ਟਾਈਪ ਹੈ। ਇਹ ਤੁਸੀਂ ਯਾਦ ਹੋਊਗਾ ਗ੍ਰੈਵੀਟੇਸ਼ਨ ਦਾ ਜਦੋਂ ਆਪਾਂ ਚੈਪਟਰ ਪੜ੍ਹਿਆ ਸੀ ਕਿ ਦੋ ਬਾਡੀਜ਼ ਆਪਾਂ ਇਸ ਤਰ੍ਹਾਂ ਕਰੇ, ਫਿਗਰ ਵੀ ਤੁਹਾਨੂੰ ਯਾਦ ਹੋਊਗੀ, ਇੱਕ ਪਾਸੇ ਆਪਾਂ ਪਲੱਸ ਇਧਰਲੇ ਪਾਸੇ M1 ਲਿਖਦੇ ਸੀ, ਇਧਰਲੇ ਪਾਸੇ M2 ਲਿਖਦੇ ਸੀ, ਵਿਚਕਾਰ ਡਿਸਟੈਂਸ ਲਿਖ ਲੈਂਦੇ ਸੀ R। ਇਹ ਫਾਰਮੂਲਾ ਲਿਖਦੇ ਕਿ ਦੋ ਬਾਡੀਜ਼ ਨਿਊਟਨ ਲਾਅ ਆਫ ਗ੍ਰੈਵੀਟੇਸ਼ਨ, ਦੋਨੋਂ ਬਾਡੀਜ਼ ਇੱਕ ਦੂਜੇ ਤੇ ਫੋਰਸ ਲਗਾਉਂਦੀਆਂ, ਫੋਰਸ ਦਾ ਫਾਰਮੂਲਾ ਸੀ ਜੀ M1 M2 ਡਿਵਾਈਡਡ ਬਾਈ R ਸਕੇਅਰ। ਇਹ ਤੁਸੀਂ ਆਲਰੇਡੀ ਪੜਿਆ ਸੀਗਾ, 10th 'ਚ ਵੀ ਪੜਿਆ ਸੀਗਾ। ਇਹਦੇ 'ਚ ਆਪਾਂ ਬਾਡੀ ਜਗ੍ਹਾ ਚੇਂਜ ਕਰਕੇ ਕੀ ਕਰ ਦੇਣਾ, ਸਿਰਫ ਆਪਾਂ ਕਰ ਦੇਣਾ ਚਾਰਜ ਕਰ ਦੇਣਾ। ਸੋ ਇਧਰਲੇ ਪਾਸੇ Q1 ਲਿਖਿਆ ਹੋਇਆ, ਇਧਰਲੇ ਪਾਸੇ Q2 ਲਿਖਿਆ ਹੋਇਆ, ਔਰ ਦੋਨਾਂ 'ਚ ਡਿਸਟੈਂਸ ਕਿੰਨਾ ਹੈਗਾ R। ਸੋ ਦੈਟ ਮੀਨ ਇਹ ਚਾਰਜਸ ਦੋਨੋਂ ਇੱਕ ਦੂਜੇ ਤੇ ਫੋਰਸ ਲਗਾਉਣਗੇ। ਜਿਵੇਂ ਬਾਡੀਜ਼ ਫੋਰਸ ਲਗਾਉਂਦੀਆਂ, ਚਾਰਜ ਵੀ ਇੱਕ ਦੂਜੇ ਤੇ ਫੋਰਸ ਲਗਾਉਂਦੀ ਹੈ। ਇਹ ਫੋਰਸ ਜਿਹੜਾ ਚਾਰਜ ਇੱਕ ਦੂਜੇ ਤੇ ਲਗਾਉਂਦੇ ਹੈਗੇ ਆ, ਉਹਨੂੰ ਅਸੀਂ F ਦੇ ਨਾਲ ਨੋਟ ਕਰਦੇ ਹਾਂ, ਆਹ ਫੋਰਸ ਹੈ। ਹੁਣ ਇਹ ਫੋਰਸ ਜਿਹੜੀ ਹੈ, ਜਿਵੇਂ ਉਹ ਲਾਅ ਸੀ ਉਸੇ ਤਰ੍ਹਾਂ ਹੀ ਸਾਰਾ ਲਾਅ ਹੈ। ਇਹ ਫੋਰਸ ਦੋਨਾਂ ਦੇ ਚਾਰਜਸ ਦੇ ਪ੍ਰੋਡਕਟ, ਉੱਥੇ ਸੀ M1 ਇੰਟੂ M2, ਇੱਥੇ ਸੀ Q1 Q2, ਉੱਥੇ ਸੀ ਇਨਵਰਸਲੀ ਪ੍ਰੋਪੋਰਸ਼ਨ ਡਿਸਟੈਂਸ ਦਾ ਸਕੇਅਰ, ਜਿਹਨੂੰ ਇਨਵਰਸ ਸਕੇਅਰ ਲਾਅ ਨਾਲ ਆਪਾਂ ਕਹਿੰਦੇ ਸੀ ਫੋਲੋ ਕਰਦੀ ਹੈ। ਇਹ ਵੀ ਉਹੀ ਹੈ, F1 / R ਸਕੇਅਰ। ਇਕੱਠਾ ਕਰ ਦਿੱਤਾ ਜਾਏ ਤਾਂ ਇਹ ਲਾਅ ਇੱਥੇ ਆ ਗਿਆ, ਦਿਸ ਇਜ਼ ਫੋਰਸ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ Q1 Q2 ਐਂਡ ਇਨਵਰਸਲੀ ਪ੍ਰੋਪੋਰਸ਼ਨਲ ਟੂ ਡਿਸਟੈਂਸ ਦਾ ਸਕੇਅਰ। ਸੋ ਇਹ ਫਾਰਮੂਲਾ ਬਣ ਗਿਆ ਇੱਕ ਚਾਰਜ ਦੂਜੇ ਚਾਰਜ ਉੱਤੇ ਕਿੰਨੀ। ਇਹ ਮੋਸਟਲੀ ਦੋਨੋਂ ਚਾਰਜ ਦੇ ਵਿਚਕਾਰ ਫੋਰਸ ਦੇ ਬਾਰੇ ਗੱਲ ਕਰ ਰਹੇ ਹਾਂ। ਫਰਕ ਸਿਰਫ ਇਸ ਲਾਅ ਦੇ ਵਿੱਚ ਔਰ ਗ੍ਰੈਵੀਟੇਸ਼ਨ ਲਾਅ 'ਚ ਇੱਕੋ ਹੀ ਹੈ ਕਿ ਗ੍ਰੈਵੀਟੇਸ਼ਨ ਦੇ ਵਿੱਚ ਜਿਹੜੀਆਂ ਬਾਡੀਜ਼ ਹੁੰਦੀਆਂ ਸੀ ਇਹ ਵਾਲੀਆਂ, ਇਹ ਦੋਨੋਂ ਇੱਕ ਦੂਜੇ ਨੂੰ ਅਟਰੈਕਟ ਕਰਦੀਆਂ। ਉਹ 'ਚ ਸਿਰਫ ਅਟਰੈਕਸ਼ਨ ਫੋਰਸ ਹੁੰਦੀ ਹੈ, ਰਿਪਲਸ ਨਹੀਂ ਕਰ ਸਕਦੀਆਂ। ਪਰ ਜਿਹੜੇ ਚਾਰਜਸ ਹੈ ਇਹ ਇੱਕ ਦੂਜੇ ਨੂੰ ਅਟਰੈਕਟ ਵੀ ਕਰ ਸਕਦੇ ਆ ਔਰ ਇੱਕ ਦੂਜੇ ਨੂੰ ਰਿਪਲਸ ਵੀ ਕਰ ਸਕਦੇ। ਉਹ ਤਾਂ ਆਪਾਂ ਪਹਿਲਾਂ ਹੀ ਪ੍ਰੋਪਰਟੀਜ਼ ਪੜ੍ਹਿਆ ਹੈ ਕਿ ਜੇਕਰ ਲਾਈਕ ਚਾਰਜਸ ਹੈ, ਇੱਧਰ ਵੀ ਪਲੱਸ ਹੈ ਇੱਧਰ ਵੀ ਪਲੱਸ ਹੈ, ਤੇ ਇਹ ਰਿਪਲਸ਼ਨ ਫੋਰਸ ਹੋਊਗੀ। ਸੋ ਇਹ ਜਿਹੜੀ ਆਹ ਵਾਲੀ ਫੋਰਸ ਹੋਊਗੀ ਇਹ ਰਿਪਲਸ਼ਨ 'ਚ ਚਲੀ ਜਾਊਗੀ। ਪਰ ਜਦੋਂ ਇਹ ਦੋਨੋਂ ਇੱਧਰਲੇ ਪਾਸੇ ਮੰਨ ਲਓ ਪਲੱਸ ਹੈ ਤੇ ਇੱਧਰਲੇ ਪਾਸੇ ਨੈਗੇਟਿਵ ਹੈ, ਤਾਂ ਇਹ ਦੋਨੋਂ 'ਚ ਅਟਰੈਕਸ਼ਨ ਫੋਰਸ ਹੋ ਜਾਏਗੀ। ਸੋ ਆਹ ਫੋਰਸ ਜਿਹੜੀ ਹੈ ਇਹ ਅਟਰੈਕਟਿਵ ਵੀ ਹੋ ਸਕਦੀ ਹੈ। ਸੋ ਇਹ ਡਿਪੈਂਡ ਕਰਦਾ ਇਹਨਾਂ ਦੋਨਾਂ ਚਾਰਜਸ ਦੇ ਸਾਈਨ ਦੇ ਉੱਤੇ ਕਿ ਇਹ ਦੋਨੋਂ ਓਪੋਜ਼ਿਟ ਸਾਈਨਸ ਹੈ ਕਿ ਸੇਮ ਸਾਈਨਸ ਹੈ, ਇਹ ਦੇਖਣੇ ਪੈਣਗੇ। ਜੇਕਰ ਸੇਮ ਸਾਈਨਸ ਹੈ ਤੇ ਇਹ ਫੋਰਸ ਜਿਹੜੀ ਹੈ ਇਹ ਰਿਪਲਸਿਵ ਹੋਊਗੀ, ਆ ਸਾਰੀ ਫੋਰਸ ਰਿਪਲਸਿਵ ਹੋਊਗੀ। ਪਰ ਜੇਕਰ ਇਹ ਸਾਈਨ ਜਿਹੜੇ ਹੈ ਇੱਕ ਇੱਕ ਪੋਜ਼ਿਟਿਵ ਹੈ ਤੇ ਇੱਕ ਨੈਗੇਟਿਵ ਹੈ, ਤਾਂ ਫਿਰ ਇਹਨਾਂ ਦੇ ਵਿੱਚ ਅਟਰੈਕਟਿਵ ਫੋਰਸ ਹੋਊਗੀ। ਸੋ ਦਿਸ ਫੋਰਸ ਬਿਟਵੀਨ ਟੂ ਚਾਰਜਸ ਕੈਨ ਬੀ ਅਟਰੈਕਟਿਵ ਔਰ ਰਿਪਲਸਿਵ। ਸੋ ਇਹ ਗ੍ਰੈਵੀਟੇਸ਼ਨ ਜਿਹੜੀ ਆਪਾਂ ਫੋਰਸ ਆਫ ਗ੍ਰੈਵੀਟੇਸ਼ਨ ਪੜ੍ਹਦੇ ਸੀ ਉਹਦੇ ਨਾਲੋਂ ਸਿਰਫ ਇਹਦੇ 'ਚ ਇਹੀ ਫਰਕ ਹੈ, ਚਾਰਜਸ ਦੀ ਫੋਰਸ ਅਟਰੈਕਟਿਵ ਔਰ ਰਿਪਲਸਿਵ ਦੋਨੋਂ ਹੋ ਸਕਦੀ ਹੈ। ਪਰ ਇਹ ਗ੍ਰੈਵੀਟੇਸ਼ਨ ਫੋਰਸ ਥੋੜ੍ਹੀ ਵੀਕ ਹੁੰਦੀ ਹੈ, ਇਹ ਫੋਰਸ ਬਹੁਤ ਜ਼ਿਆਦਾ ਸਟਰੋਂਗ ਹੁੰਦੀ ਹੈ। ਚਾਰਜਸ ਦੀ ਫੋਰਸ ਜਿਹੜੀ ਹੁੰਦੀ ਹੈ ਇਟ ਇਜ਼ ਵੈਰੀ ਸਟਰੋਂਗ, ਇਹ ਆਪਾਂ ਪਲੱਸ 1 'ਚ ਵੀ ਪੜ੍ਹਿਆ ਸੀ। ਸੋ ਜਦੋਂ ਆਪਾਂ ਇਹਨੂੰ ਦੋਨੋਂ ਨੂੰ ਇਕੱਠਾ ਕਰੀਏ ਤਾਂ ਐਵੇਂ ਬਣ ਗਿਆ, ਔਰ ਇਹਦੇ 'ਚ ਇੱਥੇ ਦੇਖੋ ਇਕੁਅਲ ਕਰਨ ਵਾਸਤੇ ਆ ਕਾਂਸਟੈਂਟ ਆਫ ਪ੍ਰੋਪੋਰਸ਼ਨਲਿਟੀ ਹਟਾ ਕੇ ਇੱਥੇ ਇੱਕ ਸਿੰਬਲ ਆਇਆ ਹੋਇਆ, ਇਹਨੂੰ ਕੇ ਪਾਇਆ ਹੋਇਆ, ਇਹਨੂੰ ਆਪਾਂ ਬੋਲਦੇ ਕਾਂਸਟੈਂਟ ਆਫ ਪ੍ਰੋਪੋਰਸ਼ਨਲਿਟੀ, ਜਾਂ ਇਹਨੂੰ ਇੱਕ ਦੂਜਾ ਨਾਂ ਹੈਗਾ ਇਲੈਕਟ੍ਰੋਸਟੈਟਿਕ ਫੋਰਸ ਕਾਂਸਟੈਂਟ ਵੀ ਇਹਨੂੰ ਬੋਲਦੇ ਹੈਗੇ ਆ। ਇਹ ਜਿਹੜਾ ਕੇ ਦੀ ਵੈਲਿਊ ਲਿਖੀ ਹੈ, ਇਹ ਕਾਂਸਟੈਂਟ ਦੀ ਵੈਲਿਊ ਲਿਖੀ ਹੈ, ਕੀ ਲਿਖਿਆ ਹੈ, ਦ ਵੈਲਿਊ ਆਫ ਕੇ ਡਿਪੈਂਡਸ ਅਪਾਨ ਦ ਸਿਸਟਮ ਆਫ ਯੂਨਿਟਸ ਇਨ ਵਿੱਚ ਅਦਰ ਕੁਆਂਟੀਟੀਜ਼ ਐਫ ਆਰ Q1 Q2 ਆਰ ਮੇਜਰਡ। ਅੱਜ ਇਹਨਾਂ ਦੇ ਯੂਨਿਟਸ ਕੀ ਲਏ ਆਪਾਂ, ਇਹਦੇ ਹਿਸਾਬ ਨਾਲ ਇਹਦੀ ਵੈਲਿਊ ਜਿਹੜੀ ਹੈ ਆਪਾਂ ਡਿਸਕਸ ਕਰਦੇ ਹਾਂ, ਕੱਢ ਲੈਂਦੇ ਹਾਂ। ਸੋ ਇਹਦੀ ਵੈਲਿਊ ਫਿਕਸਡ ਹੈਗੀ ਹੈ, ਸੋ ਇਹਦੀ ਵੈਲਿਊ ਜਦੋਂ ਆਪਾਂ ਕੱਢਦੇ ਹਾਂ ਤੇ ਅੱਗੇ ਆ ਕੇ ਤੁਹਾਨੂੰ ਅਗਲਾ ਚੈਪਟਰ, ਜਦੋਂ ਤੁਸੀਂ ਅੱਗੇ ਥੋੜਾ ਪੇਜਸ ਤੇ ਥੱਲੇ ਡਾਊਨ ਜਾਵਾਂਗੇ ਤਾਂ ਤੁਸੀਂ ਦੇਖੋ ਇੱਥੇ ਥੱਲੇ ਆ ਕੇ ਵੈਕਿਊਮ ਦੇ ਵਿੱਚ ਇਹਨਾਂ ਦੀ ਵੈਲਿਊ, ਹਵਾ ਦੇ ਵਿੱਚ ਜੇ ਵੈਕਿਊਮ ਜੇਕਰ ਚਾਰਜ ਰੱਖੇ ਹੈ ਤਾਂ ਜਿਹੜੀ ਕੇ ਦੀ ਵੈਲਿਊ ਹੈ ਇਹ ਆ ਆਉਂਦੀ ਹੈ। ਇਹਨੂੰ ਬੋਲਦੇ 1/4 pi, ਔਰ ਇਹ ਐਵੇਂ ਕਰਕੇ ਈ ਜਿਹਾ ਪਿਆ, ਇਹਨੂੰ ਐਪਸੀਲੋਨ, ਤੇ ਆ ਥੱਲੇ ਬੋਲਦੇ 0, ਇੱਥੇ ਸਾਈਡ ਤੇ ਲਿਖਿਆ ਵੀ ਹੋਇਆ ਆ ਵਾਲਾ, ਇਹਨੂੰ ਬੋਲਦੇ ਐਪਸੀਲੋਨ 0। ਇਹ ਐਪਸੀਲੋਨ 0 ਇਹ ਕਿਸ ਨੂੰ ਰਿਪ੍ਰੈਜੈਂਟ ਕਰਦਾ, ਐਬਸੋਲਿਊਟ ਪਰਮਿਟਿਵਿਟੀ ਆਫ ਫ੍ਰੀ ਸਪੇਸ, ਇਹ ਉਹਨੂੰ ਡਿਨੋਟ ਕਰਦਾ। ਇਹ ਮੈਂ ਅਗਲਾ ਲੈਕਚਰ ਜੋ ਲਗਾਉਂਗਾ ਉਹ 'ਚ ਥੋੜ੍ਹੀ ਡਿਟੇਲ 'ਚ ਦੱਸੂਗਾ। ਆ ਸਿਰਫ ਇਹ ਦੱਸਣਾ ਕਿ ਕੇ ਦੀ ਵੈਲਿਊ 1/4 pi E₀ ਹੁੰਦੀ ਹੈ। ਸੋ ਦੇਖਿਆ ਜਾਵੇ ਇਹ ਵੈਲਿਊ ਜਦੋਂ ਆਪਾਂ ਕੇ ਦੀ ਜਗ੍ਹਾ ਉੱਪਰ ਇੱਥੇ ਪੁੱਟ ਕਰਦੀ, ਇਸ ਜਗ੍ਹਾ 'ਤੇ ਪੁੱਟ ਕਰਦੀ ਹੈ, ਤਾਂ ਫਾਰਮੂਲਾ ਬਣ ਜਾਏਗਾ 1/4 pi E₀ ਐਪਸੀਲੋਨ ਨੋਟ, ਤੇ ਆ ਜਾਏਗਾ Q1 Q2 / R ਸਕੇਅਰ। ਇਹ ਫਾਰਮੂਲਾ ਆ ਵਾਲਾ ਬਣ ਗਿਆ। ਓਕੇ, ਸੋ ਇਹ ਆ ਕੇ ਦੀ ਵੈਲਿਊ ਸਾਰੀ। ਸੋ ਇਹ ਦੇਖਿਆ ਜਾਵੇ 4 ਕਾਂਸਟੈਂਟ ਹੈ, ਪਾਈ ਦੀ ਵੈਲਿਊ ਆਪਾਂ ਨੂੰ ਆਲਰੇਡੀ ਪਤਾ ਹੁੰਦੀ 2/7 ਹੁੰਦੀ ਹੈ, 3.14 ਹੁੰਦੀ ਹੈ, ਤੇ ਇਹਦੀ ਵੈਲਿਊ E₀ ਦੀ ਵੈਲਿਊ ਸਪੇਸ ਦੇ ਵਿੱਚ ਆ ਹੁੰਦੀ ਹੈ, ਕਿੰਨੀ ਹੈ, ਥੱਲੇ ਲਿਖੀ ਹੋਈ ਹੈ 8.85 × 10⁻¹। ਇਹ ਫਿਕਸਡ ਹੈ, ਇਹ ਹਵਾ ਦੀ, ਜਾਂ ਜੇਕਰ ਚਾਰਜ ਨੂੰ ਹਵਾ 'ਚ ਜਾਂ ਵੈਕਿਊਮ 'ਚ ਰੱਖਦੇ ਹਾਂ ਤੇ ਇਹ ਵਾਲਾ ਵੈਲਿਊ ਆਉਂਦੀ ਹੈ। ਸੋ ਇਹ ਵੈਲਿਊ ਜਦੋਂ ਇੱਥੇ ਪੁੱਟ ਕਰਦੀ ਹੈ, ਪਾਈ ਦੀ ਵੈਲਿਊ ਪੁੱਟ ਕਰਦੀ ਹੈ, 4 ਦੀ ਵੈਲਿਊ ਪੁੱਟ ਕਰਦੀ ਹੈ, ਸਾਰੀਆਂ ਵੈਲਿਊ ਪੁੱਟ ਕਰਕੇ 1 ਨੂੰ ਜਦੋਂ ਸਾਰੀ ਵੈਲਿਊ ਨਾਲ ਡਿਵਾਈਡ ਕਰਦੀ ਹੈ ਤਾਂ ਆਨਸਰ ਆ ਜਾਂਦਾ 9 × 10⁻¹। ਸੋ ਇਹ ਥੀ ਦੈਟ ਮੀਨਸ ਸਾਰੀ ਦੀ ਜਿਹੜੀ ਹੈ ਟੋਟਲ ਵੈਲਿਊ ਇਸ ਦੀ ਹੈ, ਇਹ ਕਿੰਨੀ ਹੈ, 9 × 10⁻¹। ਸੋ ਆਨਸਰ ਤੁਹਾਡਾ ਫੋਰਸ ਦੀ ਵੈਲਿਊ ਦਾ ਜੇਕਰ ਆਪਾਂ ਕੈਲਕੂਲੇਸ਼ਨ ਕਰਕੇ ਲਿਖਣਾ ਹੈ ਤਾਂ ਆਹ ਲਿਖਿਆ ਜਾ ਸਕਦਾ। ਇਹ ਨਿਊਟਨ ਦੇ ਵਿੱਚ
ਕੰਸਟੈਂਟ ਆਫ ਪ੍ਰੋਪੋਰਸ਼ਨੈਲਿਟੀ ਪਾਇਸ ਉਹਦੀ ਵੈਲਿਊ, ਪਰ ਇਹ ਸਾਰਾ ਜਿਹੜਾ ਡੈਰੀਵੇਸ਼ਨ ਹੈ ਇਹ ਕਿਸ 'ਚ ਹੈ, ਜੇਕਰ ਇਹ ਦੋ ਚਾਰਜ ਜਿਹੜੇ ਆ ਵਾਲੇ ਜਿਹੜੇ ਚਾਰਜਸ ਹੈ ਜਿਹੜੇ Q1 Q2 ਹੈ, ਇਹਨਾਂ ਨੂੰ ਆਪਾਂ ਜੇਕਰ ਹਵਾ ਦੇ ਵਿੱਚ ਏਅਰ ਦੇ ਵਿੱਚ ਜਾਂ ਵੈਕਿਊਮ 'ਚ ਰੱਖਿਆ ਤਾਂ ਫਿਰ ਇਹ ਵੈਲਿਊ ਇੰਨੀ ਆਉਂਦੀ ਹੈ, ਨਹੀਂ ਤਾਂ ਇਹ ਵੈਲਿਊ ਬਦਲ ਸਕਦੀ ਹੈ। ਉਹ ਵੈਲਿਊ ਬਦਲ ਕੇ ਦੈਟ ਮੀਨਸ ਇਹ ਜਿਹੜਾ ਆ ਵਾਲਾ ਜਿਹੜਾ ਵੈਲਿਊ ਹੈ ਦੈਟ ਮੀਨਸ ਇਹ ਵੈਲਿਊ ਮੀਡੀਅਮ ਦੇ ਉੱਤੇ ਡਿਪੈਂਡੈਂਟ ਹੋਊਗੀ। ਸੋ ਚਾਰਜਸ ਜਦੋਂ ਵੱਖਰੇ ਵੱਖਰੇ ਮੀਡੀਅਮ 'ਚ ਰੱਖੇ ਜਾਂਦੇ ਹੈ ਤਾਂ ਇਹਨਾਂ ਦੇ ਉੱਤੇ ਫੋਰਸ ਅਲੱਗ ਅਲੱਗ ਤਰ੍ਹਾਂ ਦੀ ਲੱਗਦੀ ਹੈ। ਸੋ ਇਹ ਅੱਗੇ ਫਿਰ ਕੱਲ੍ਹ ਆਪਾਂ ਫਰਦਰ ਹੋਰ ਡਿਸਕਸ ਕਰਾਂਗੇ ਕਿ ਵੀ ਇਹ ਮੀਡੀਅਮ ਜੇਕਰ ਚੇਂਜ ਕਰ ਦਿੱਤਾ ਜਾਂਦਾ ਤੇ ਫੋਰਸ ਕਿਵੇਂ ਚੇਂਜ ਹੋ ਜਾਊਗੀ, ਉਹਦੇ ਬਾਰੇ ਸਾਨੂੰ ਕੇ ਬਾਰੇ ਥੋੜਾ ਜਿਹਾ ਕੱਲ ਡਿਟੇਲ ਦੇ ਵਿੱਚ ਅਗਲੇ ਲੈਕਚਰ ਦੇ ਵਿੱਚ ਮੈਂ ਡਿਟੇਲ ਦੱਸੂਗਾ। ਸੋ ਤੁਸੀਂ ਇੱਥੇ ਤੱਕ ਮੈਂ ਤੁਹਾਨੂੰ ਦੱਸਤਾ ਇਹਦੇ ਨੋਟਸ ਜਿੰਨੇ ਵੀ ਜਿਹੜੇ ਵੀ ਮੈਂ ਮੋਸਟਲੀ ਹੁਣ ਤਕਰੀਬਨ ਫੋਰਥ ਪੇਜ ਤੱਕ ਆ ਗਿਆ ਮੈਂ। ਸੋ ਅੱਜ ਮੈਂ ਡਾਊਨਲੋਡ ਤੇ ਸਾਰੇ ਇਹਦੇ ਇਸ ਜਿਹੜੇ 1A ਦੇ ਤਕਰੀਬਨ ਮੇਰੇ ਖਿਆਲ ਨਾਲ ਇਹਦੇ 15 ਜਾਂ 16 ਪੇजेस ਹੋਣਗੇ, 14 15 ਪੇजेस ਹੋਣਗੇ। ਤੋ ਇਹ ਸਾਰੇ 14 ਪੇजेस ਆ। ਸੋ ਮੈਂ ਸਾਰੇ ਡਾਊਨਲੋਡ ਤੁਹਾਨੂੰ ਅਪਲੋਡ ਕਰ ਦੂੰਗਾ, ਤੁਸੀਂ ਇਹ ਸਾਰੇ ਇੱਕ ਵਾਰੀ ਨੋਟ ਕਰਕੇ ਰੱਖ ਲਿਓ। ਪਰ ਲੈਕਚਰ ਮੈਂ ਹੌਲੀ ਹੌਲੀ ਕਰਕੇ ਚਾਰ ਚਾਰ ਪੰਜ ਪੰਜ ਪੇजेस ਜਿੰਨੇ ਕਿ ਮੈਨੂੰ ਲੱਗਦਾ ਕੰਫਰਟੇਬਲੀ ਤੁਸੀਂ ਥੋੜਾ ਪੜ੍ਹ ਸਕਦੇ ਹੋ ਉਸ ਹਿਸਾਬ ਨਾਲ ਮੈਂ ਬਣਾਈ ਜਾਊਂਗਾ ਔਰ ਤੁਹਾਨੂੰ ਸਮਝਾਈ ਜਾਊਂਗਾ, ਤੁਸੀਂ ਆਰਾਮ ਨਾਲ ਸਮਝੀ ਜਾਇਓ। ਤੇ ਜਿਹੜੀ ਚੀਜ਼ ਤੁਹਾਨੂੰ ਡਿਸਕਸ ਕਰਨੀ ਹੋਈ ਤੁਸੀਂ, ਆਪਾਂ ਵੀਡੀਓ ਕਾਨਫਰੰਸਿੰਗ ਜਾਂ ਆਡੀਓ ਕਾਨਫਰੰਸਿੰਗ ਕਰਾਂਗੇ, ਉਹਦੇ ਤੁਸੀਂ ਇਹਦੇ ਬਾਰੇ ਮੇਰੇ ਨਾਲ ਡਿਸਕਸ ਜਿਹੜੇ ਸਟੂਡੈਂਟਸ ਉਹ ਕਰ ਸਕਦੇ ਆ। ਸੋ ਉਮੀਦ ਹੈ ਕਿ ਤੁਹਾਨੂੰ ਲੈਕਚਰ ਸਮਝ ਲੱਗ ਗਿਆ ਹੋਊਗਾ। ਕੰਪਿਊਟਰ ਵੀ ਮੇਰਾ ਕਹਿ ਰਿਹਾ ਬੈਟਰੀ ਲੋ ਹੋ ਗਈ। ਸੋ ਆਪਾਂ ਇਹਦੇ ਬਾਰੇ ਤੁਸੀਂ ਥੋੜ੍ਹਾ ਜਿਹਾ ਹੁਣ ਚੰਗੀ ਤਰ੍ਹਾਂ ਕਰ ਪੜ੍ਹ ਲਿਓ।